ਸਾਰੇ ਹੀ ਸੁਪਨ ਸਾਜਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਸੁਪਨੇ ਹੈ ਉਹ ਸੱਚੇ ਹੋਣ ਪਈ। ਇਸ ਤੋਂ ਪਹਿਲਾਂ ਇੱਕ ਦਰਖਾਸਤ ਤੁਹਾਡੇ ਅੱਗੇ ਕਿ ਆਪਣਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ। ਹੋਰ ਜਿਹੜਾ ਵੀਡੀਓ ਹੈ ਇਹਨੂੰ ਸ਼ੇਅਰ ਕਰੋ ਭਾਈ। ਹੋਰ ਘੰਟੀ ਵਜਾ ਦਿਓ। ਅਗਰ ਸਹੀ ਜਗ੍ਹਾ ਘੰਟੀ ਵਜਾਤੀ ਤਾਂ ਸਮਝੋ ਤੁਹਾਡੀ ਗੱਲ ਬਣ ਗਈ। ਅਗਰ ਗਲਤ ਜਗ੍ਹਾ ਘੰਟੀਆਂ ਵਜਾਉਂਦੇ ਰਹੇ ਤਾਂ ਫਿਰ ਉਹੀ ਹੋਵੇਗਾ ਜਿਹੜਾ ਅੱਜ ਪੇਪਰ ਕਰਨ ਤੋਂ ਬਾਅਦ ਕਈਆਂ ਨਾਲ ਹੋਇਆ। ਹੋਰ ਇਸ ਤੋਂ ਪਹਿਲਾਂ ਮੈਂ ਦੋ ਪਾਰਟ ਦੀਆਂ ਵੀਡੀਓ ਜਾਰੀ ਕਰ ਚੁੱਕੇ ਹਾਂ, ਪੰਜਾਹ ਪੰਜਾਹ ਦੀ ਬਾਈ। ਪਹਿਲੇ 50 ਪਾਰਟ, ਫਿਰ 50 ਪਾਰਟ ਜਾਰੀ ਕੀਤੇ, ਹੁਣ ਤੀਜਾ ਪਾਰਟ ਜਾਰੀ ਹੋ ਰਿਹਾ। ਹਰ ਇੱਕ ਕੁਐਸਚਨ ਦੇ ਬਾਰੇ ਦੱਸਿਆ ਕਿ ਵੀ ਉਹ ਕੁਐਸਚਨ ਕਿੱਥੋਂ ਆਇਆ। ਅੱਜ ਤੋਂ 60 ਦਿਨ ਪਹਿਲਾਂ ਆਪਾਂ ਰਣਨੀਤੀ ਬਣਾਈ ਸੀ, ਉਸ ਤੋਂ ਪਹਿਲਾਂ ਵੀ ਇੱਕ ਰਣਨੀਤੀ ਵਾਲਾ ਵੀਡੀਓ ਹੈ। ਉਸ ਦੇ ਵਿੱਚ ਜਿਹੜੀ ਰਣਨੀਤੀ ਬਣਾਈ 60 ਦਿਨ ਪਹਿਲਾਂ, 60 ਦਿਨ ਵਾਲਾ ਰਣਨੀਤੀ ਅੱਜ ਤੋਂ 60 ਦਿਨ ਪਹਿਲਾਂ ਬਣਾਈ ਸੀ, ਔਰ ਉਹਦਾ ਵੀਡੀਓ ਡਿਸਕ੍ਰਿਪਸ਼ਨ 'ਚ ਪਾਇਆ ਹੋਇਆ। ਔਰ ਉਸ ਰਣਨੀਤੀ ਦੇ ਉੱਤੇ ਜਿਹੜਾ ਆ ਪੇਪਰ ਹੈ ਉਹ ਖਰਾ ਉਤਰਦਾ ਹੈ ਭਾਈ। ਤੁਸੀਂ ਭਾਵੇਂ ਆਪਣੇ ਜਿਹੜੀ ਬੁੱਕ ਹੈ ਉਹਦੇ ਪਿਛਲੇ ਪਾਸੇ ਵੇਖ ਲਿਓ, ਪੰਜਾਬੀ ਲੈਕਚਰ ਬੁੱਕ ਸੂਚੀ, ਉਹਦੇ ਪਿੱਛੇ 4 ਕਿਤਾਬਾਂ ਬੋਲਡ ਕਰਕੇ ਦਿੱਤੀਆਂ ਹੋਈਆਂ, ਸਿਰਫ 4 ਕਿਤਾਬਾਂ ਬੋਲਡ ਕਰਕੇ ਦਿੱਤੀਆਂ, ਔਰ ਉਹਨਾਂ ਵਿੱਚੋਂ ਕੀ ਕਹਿੰਦੇ ਆ ਕਿ ਪੇਪਰ ਹੈ। ਆਪਾਂ ਜਿਹੜੇ ਨੋਟਸ ਬਣਾਏ, ਆਪਾਂ ਜੋ ਰਣਨੀਤੀ ਬਣਾਈ, ਮਿਆਰੀ ਕਿਤਾਬਾਂ ਨੂੰ ਲੈ ਕੇ ਚੱਲੇ ਆਪਾਂ, ਕਿਉਂਕਿ ਮੇਰਾ ਇਹ ਮੰਨਣਾ ਸੀਗਾ, ਮੇਰੀ ਇਹ ਸੋਚ ਸੀ ਕਿ ਐਵੇਂ ਨਾ ਸੋਚੋ ਕਿ ਆਪਾਂ ਪੇਪਰ ਦੇਣਾ, ਸੋਚੋ ਐਵੇਂ ਕਿ ਆਪਾਂ ਪੇਪਰ ਬਣਾਉਣਾ ਹੈ। ਔਰ ਪੇਪਰ ਬਣਾਉਣ ਵਾਲਾ ਹਮੇਸ਼ਾ ਮਿਆਰੀ ਕਿਤਾਬਾਂ, ਰਿਸਰਚ ਦੀਆਂ ਜਿਹੜੀ ਕਿਤਾਬਾਂ ਉਹਨੂੰ ਨਾਲ ਲੈ ਕੇ ਜਾਂਦਾ ਹੈ, ਨਾ ਕਿ ਛੋਟੇ ਲਿਖਾਰੀਆਂ ਦੀ ਕਿਤਾਬਾਂ ਨੂੰ। ਇਸੇ ਕਾਰਨ ਆਪਾਂ ਜਦੋਂ ਨੋਟਸ ਤਿਆਰ ਕੀਤੇ ਤਾਂ ਆਪਾਂ ਉਹਨਾਂ ਸਾਰੇ ਜਿਹੜਾ ਮਿਆਰੀ ਕਿਤਾਬਾਂ ਸੀ ਉਹਨਾਂ ਨਿਚੋੜ ਕੱਢਿਆ, ਨੋਟਸ ਤਿਆਰ ਕੀਤੇ। ਉਸ ਤੋਂ ਬਾਅਦ ਇੱਕ ਬਿਹਤਰੀਨ ਰਣਨੀਤੀ ਤੁਹਾਨੂੰ ਦਿੱਤੀ ਕਿ ਆਪਣੇ ਨੋਟਸ ਤਿਆਰ ਹੋਣੇ ਚਾਹੀਦੇ ਹੈ, ਉਸ ਤੋਂ ਬਾਅਦ ਜਿਹੜੀਆਂ ਬੋਰਡ ਦੀਆਂ ਕਿਤਾਬਾਂ ਚੰਗੀ ਤਰ੍ਹਾਂ ਯਾਦ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ BA ਦੀ ਕਿਤਾਬਾਂ ਜਿਹੜੀਆਂ, ਨਾਵਲ ਨਾਟਕ ਕਹਾਣੀ ਇਕਾਂਗੀ, ਕੋਈ ਕਵਿਤਾਵਾਂ ਕਾਫੀ ਹੋ ਜਾਂਦੀਆਂ, ਕਰ ਲਓ ਤਾਂ ਬਹੁਤ ਵਧੀਆ ਗੱਲ ਹੈ, ਨਾਵਲ ਨਾਟਕ ਕਹਾਣੀ ਇਕਾਂਗੀ ਵਗੈਰਾ ਸਾਰਾ ਕੁਝ ਜਿਹੜਾ ਬਚਦਾ ਹੈ ਉਸ BA ਦੇ ਸਿਲੇਬਸ ਨੂੰ ਕਵਰ ਕਰੋ। ਆਹੀ ਸੈਕੰਡ ਗੇਡ ਵਾਸਤੇ ਹੈ। ਹੋਰ ਆਪਾਂ ਇਹਨੇ ਵਿਸਥਾਰ ਨਾਲ ਕਰਾਉਂਦੇ ਹਾਂ ਕਿ ਪੇਪਰ ਦਾ ਜੱਫਾ ਜਿਹੜਾ ਉਹ ਲੱਗਣਾ ਹੀ ਲੱਗਣਾ ਹੈ। ਔਰ ਅਸਲ ਇੱਕ ਕਿਤਾਬ ਵੀ ਦਿੱਤੀ ਹੈ ਆਪਾਂ ਸੈਕੰਡ ਗੇਡ ਦੀ, ਪਰ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ, ਸੁਚੇਤ ਰੂਪ ਤੇ ਧਿਆਨ ਰੱਖਿਓ ਕਿ ਉਸ ਕਿਤਾਬ ਦੇ ਨਾਲ ਨਾਲ ਜਿਹੜੇ ਆਪਾਂ ਨੋਟਸ ਹੈ ਉਹਨਾਂ ਨੂੰ ਜ਼ਰੂਰ ਪੜ੍ਹਨਾ, ਕਿਉਂਕਿ ਜੇ ਆਪਾਂ ਸਾਰੇ ਨੋਟਸਾਂ ਨੂੰ ਸ਼ਾਮਿਲ ਕਰਦੇ ਤਾਂ ਕਿਤਾਬ ਹੈ ਜਿਹੜੀ ਉਹ ਕਮ ਸੇ ਕਮ 1000 ਤੋਂ ਉੱਤੇ ਪੰਨਿਆਂ ਦੀ ਹੋ ਜਾਂਦੀ। ਇਸ ਕਾਰਨ ਉਸ ਕਿਤਾਬ ਤੋਂ ਇਲਾਵਾ ਜਿਹੜੇ ਆਪਣੇ ਨੋਟਸ ਹੈ ਉਹ ਵੀ ਪੜ੍ਹੋ। ਹੋਰ ਘੱਟੋ ਘੱਟ 1300-1400 ਪੇਜ ਹੈ ਜੋ ਮੇਰੀ ਇਹ ਰਹੇਗੀ ਪਈ, ਬੈਸਟ ਦੇਵਾਂਗਾ ਜਿਵੇਂ 1300-1400 ਪੇਜ ਫਸਟ ਗੇਡ ਵਾਸਤੇ ਦਿੱਤੇ ਸੀਗੇ। ਔਰ ਇੱਕ ਬਿਹਤਰੀਨ ਰਣਨੀਤੀ ਦੇ ਨਾਲ ਆਪਾਂ ਉਤਰੇ ਔਰ ਉਹਦੇ ਸਫਲ ਰਹੇ ਪਈ ਆਪਾਂ। ਹਰ ਇੱਕ ਕੁਐਸਚਨ ਨੂੰ ਤੁਹਾਨੂੰ ਮੈਂ ਹਰ ਇੱਕ ਕੁਐਸਚਨ ਕਰਾਇਆ, ਉਸ ਤੋਂ ਬਾਅਦ ਇਹ ਚੀਜ਼ ਦੱਸੀ ਹੈ ਕਿਹੜਾ ਕੁਐਸਚਨ ਕਿੱਥੋਂ ਆਇਆ। ਸਿਲੈਕਸ਼ਨ ਨੰਬਰ ਵਾਲੇ ਕੁਐਸਚਨ ਹੈ ਉਹਨਾਂ ਨੂੰ ਆਪਾਂ ਟੱਚ ਕੀਤਾ ਹੈ ਭਾਈ। ਜਿਹੜੇ ਕੁਐਸਚਨ ਊਟ ਪਟਾਂਗੇ ਹੈ ਉਹਨਾਂ ਦੀ ਗੱਲ ਛੱਡ ਦਿਓ, ਉਹਨਾਂ ਨੇ ਮੈਰਿਟ ਨੂੰ ਪ੍ਰਭਾਵਿਤ ਕਰਨਾ ਹੀ ਨਹੀਂ, ਭਲਾਓ 50 ਸੀ ਭਲਾਓ 60 ਸੀ ਜਿੰਨੇ ਵੀ ਸੀਗੇ। ਪਰ ਜਿਹੜੇ ਕੁਐਸਚਨ ਆਪਣੇ ਨੋਟਸ 'ਚੋਂ ਆਏ ਹੈ, ਜਿਹੜੇ ਕੁਐਸਚਨ ਬੋਰਡ ਦੀਆਂ ਕਿਤਾਬਾਂ 'ਚੋਂ ਆਏ ਹੈਗੇ ਹੈ, ਜੇ ਉਹ ਕੁਐਸਚਨ ਤੁਹਾਡੇ ਸਹੀ ਹੈ
ਤਾਂ ਤੁਹਾਡਾ ਸਿਲੈਕਸ਼ਨ ਕੋਈ ਵੀ ਨਹੀਂ ਰੋਕ ਸਕਦਾ ਭਾਈ। ਦੁਬਾਰਾ ਫਿਰ ਆਪਾਂ ਕੀ ਕਹਿੰਦੇ ਹਾਂ ਕਿ 101 ਨੰਬਰ ਤੋਂ ਸ਼ੁਰੂ ਕਰਦੇ ਹਾਂ, ਇੱਕ ਇੱਕ ਕੁਐਸਚਨ ਬਾਰੇ ਚਰਚਾ ਕਰਾਂਗੇ ਬਈ ਕਿਹੜਾ ਕੁਐਸਚਨ ਕਿੱਥੋਂ ਆਇਆ ਔਰ ਕਿਵੇਂ ਕੀ ਘਟਨਾ ਘਟਤ ਹੋਈ। ਆਓ ਜੀ ਸ਼ੁਰੂ ਕਰੀਏ। ਗੁਰੂ ਨਾਨਕ ਬਾਣੀ ਦੇ ਬੁਨਿਆਦੀ ਵਿਚਾਰਾਂ ਦਾ ਸਿਧਾਂਤਾਂ ਬੁਨਿਆਦੀ ਵਿਚਾਰ ਅਥਵਾ ਸਿਧਾਂਤਾਂ ਦਾ ਕਵਿਤਾ ਦੇ ਰੂਪ ਚ ਵਿਸ਼ਲੇਸ਼ਣ ਕਰਨ ਵਾਲਾ ਵਿਦਵਾਨ ਭਾਈ ਮਨਮੁਖ ਜੀ, ਭਾਈ ਗੁਰਦਾਸ ਜੀ, ਆਨੰਦ ਕਾਨ ਕਵੀ ਸੰਤੋਖ ਸਿੰਘ। ਦੇਖੋ ਗੁਰੂ ਨਾਨਕ ਬਾਣੀ ਹੈ ਜਿਹੜੀ, ਉਹਦੇ ਜਿਹੜੇ ਬੁਨਿਆਦੀ ਵਿਚਾਰਾਂ ਤੇ ਸਿਧਾਂਤਾਂ ਦੀ ਕਵਿਤਾ ਚ ਵਿਸ਼ਲੇਸ਼ਣ ਕਰਨ ਵਾਲਾ ਜਿਹੜਾ ਟੀਕਾਕਾਰ ਹੈ ਉਹ ਭਾਈ ਗੁਰਦਾਸ ਜੀ ਬਣਦਾ ਹੈ ਭਾਈ, ਮੇਰੀ ਜੱਜ। ਹੋਰ ਅਗਲਾ 102, ਨਾਲੇ ਧਾਰ ਕੱਢਾਂ ਰੋਵਾਂ, ਨਾਲੇ ਧਾਰ ਕੱਢਾਂ ਨਾਲੇ ਰੋਵਾਂ, ਮਾਈਆ ਮੇਰਾ ਲਾਮ ਨੂੰ ਗਿਆ। ਇਹ 70 ਲੋਕ ਕਾਵਿ ਦਾ ਕਿਹੜਾ ਰੂਪ ਹੈ? ਟੱਪਾ ਹੈ, ਮਾਈਆ ਹੈ, ਢੋਲਾ ਹੈ, ਦੋਹਾ ਹੈ? 9ਵੀਂ ਕਲਾਸ ਦੇ ਅੰਦਰ ਟੱਪਿਆਂ ਵਾਲਾ ਜਿਹੜਾ ਪਾਠ ਹੈ ਉਹਦੇ ਵਿੱਚ ਆ ਸ਼ਾਮਲ ਹੈ ਭਾਈ। ਅਗਰ ਟੱਪੇ ਤੁਸੀਂ ਪੜ੍ਹੇ ਹੋ, ਪੜ੍ਹੇ ਹੋਣੇ ਹੈ, ਵੈਸੇ ਤਾਂ ਰਿਦਮ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਟੱਪਾ ਹੈ, ਪਰੰਤੂ ਬੋਰਡ ਦੀ ਕਿਤਾਬ 'ਚੋਂ ਆਇਆ ਔਰ ਬੋਰਡ ਦੀ ਕਿਤਾਬ 'ਚੋਂ ਭਾਵੇਂ 15 ਕੁਐਸਚਨ ਆਏ, ਭਾਵੇਂ 20 ਆਏ, ਭਾਵੇਂ ਘੱਟ ਆਏ, ਆਪਣਾ ਗਲਤ ਨਹੀਂ ਹੋਣਾ ਚਾਹੀਦਾ ਸੀਗਾ। ਅਤੇ ਇਹਦਾ ਕੀ ਹੈ? ਟੱਪਾ ਹੈ, ਆਪਣਾ ਨਿਸ਼ਾਨੇ ਵਾਲਾ ਕੁਐਸਚਨ। ਅੱਗੇ ਜੀ, ਸਹਿਕਾਰੀ ਸਿੱਖਣ ਦੀ ਬੁਨਿਆਦੀ ਵਿਸ਼ੇਸ਼ਤਾ ਹੈ ਵਿਸ਼ਾ ਵਸਤੂ ਕੇਂਦਰਿਤ ਪ੍ਰਤੀਯੋਗੀ ਵਾਤਾਵਰਣ, ਸਮਾਜਿਕ ਸਿੱਖਣ, ਵਿਅਕਤੀਗਤ ਯਤਨ। ਹੁਣ ਇਹਦੇ ਵਿੱਚ ਕੀ ਹੈ? ਕੋਪਰੇਟਿਵ ਲਰਨਿੰਗ ਵਾਲਾ ਆਪਣਾ ਵੀਡੀਓ ਹੈ, ਤੁਸੀਂ ਵੀਡੀਓ ਵੀ ਜਾ ਕੇ ਵੇਖ ਸਕਦੇ ਹੋ ਭਾਈ। ਉਸ ਦੇ ਵਿੱਚ ਆਹ ਚੀਜ਼ ਦੱਸੀ ਹੋਈ ਹੈ, ਗਰੁੱਪ ਬਣਾਉਂਦੇ ਆ, ਸਮਾਜਿਕ ਤੌਰ 'ਤੇ ਜਿਹੜੇ ਬੱਚੇ ਆ ਉਹ ਸਿੱਖਦੇ ਆ, ਸਮਾਜਿਕਤਾ ਵੱਧਦੀ ਹੈ, ਇਹ ਗੱਲ ਕਹੀ ਹੋਈ ਹੈ। ਤਾਂ ਇਸ ਵਿੱਚ ਕੀ ਸੀ? ਸਮਾਜਿਕ ਸਿੱਖਣ ਸੀ ਜਿਹੜਾ ਉਹ ਬਣਦਾ ਸੀ ਬਈ, ਸਮਾਜਿਕ ਸਿੱਖਣ ਸੀ ਨਾ ਜਿਹੜਾ ਉਹ ਕੀ ਕਹਿੰਦੇ ਆ ਬਣਦਾ ਉੱਤਰ ਆਪਣਾ ਸੀਗਾ। 103 ਦਾ 3 ਬਈ। ਹੁਣ ਅੱਗੇ ਗੱਲ ਕਰੀਏ 104 ਦਾ, ਰਸ ਦੀ ਅਨੁਭੂਤੀ ਨੂੰ ਅਨੁਮਾਨ ਦਾ ਵਿਸ਼ਾ ਕਿਸ ਆਚਾਰਿਆਂ ਨੇ ਮੰਨਿਆ? ਭੱਟ ਲੋਲਟ, ਭੱਟ ਨਾਇਕ, ਸੰਕੁਕ, ਅਭਿਨਵ ਗੁਪਤ। 104 ਇਹਦੇ ਵਿੱਚ ਬਈ ਸੰਕੁਕ ਹੈਗਾ। ਇਹ ਮੈਂ ਇਹ ਸਧਾਰੀਕਰਨ ਦੇ ਅੰਡਰ ਚਾਹੁੰਦਾ ਬਈ, ਸਧਾਰੀਕਰਨ ਵਾਲੇ ਦੇ ਅੰਡਰ ਚਾਹੁੰਦਾ, ਪਰ ਇਹ ਇਸ ਕਾਰਨ ਨਹੀਂ ਕਰਾਇਆ ਸੀ, ਮੈਂ ਸੋਚਿਆ ਸੰਸਕ੍ਰਿਤ ਦਾ ਵਿਦਵਾਨ ਹੈ, ਪੰਜਾਬੀ ਦੇ ਇੰਨੇ ਵੱਡੇ ਵੱਡੇ ਵਿਦਵਾਨ ਬੈਠੇ ਹੈਗੇ ਆ, ਉਹਨਾਂ ਵਿੱਚੋਂ ਪੇਪਰ ਵਾਲਾ ਪੇਪਰ ਪੁੱਛੂਗਾ ਸੰਸਕ੍ਰਿਤ ਵਾਲੇ ਪਾਸੇ ਆਪਾਂ ਕਿਉਂ ਕਰੀਏ। ਤਾਂ ਉਹ ਇਹਨੇ ਕੀ ਕੀਤਾ ਕਿ ਅਨੁਮਾਨਵਾਦ ਹੈ ਉਹ ਇਹਦੇ ਵਿੱਚ ਪੇਪਰ 'ਚ ਲਾਤਾ ਬਈ। ਅਗਰ ਇਹ ਕੁਐਸਚਨ ਕਿਸੇ ਨੂੰ ਨਹੀਂ ਵੀ ਆਉਂਦਾ ਸੀ ਤਾਂ ਵੀ ਕੋਈ ਦਿੱਕਤ ਨਹੀਂ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ 105 ਨੰਬਰ, ਪ੍ਰਵਾਸੀ ਲੋਕਾਂ ਦੀਆਂ ਜੀਵਨ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈ। ਕੈਮਲੂਪਸ ਦੀਆਂ ਮੱਛੀਆਂ, ਰਿਸ਼ਤਿਆਂ ਦਾ ਕਿਨਾਰ ਰੱਖੀਏ, ਸੋਸ਼ਲ ਸਰਕਲ, ਅਤੀਤ ਦੇ ਪਰਛਾਵੇਂ। ਆਤਮਜੀਤ, ਆਪਣੇ ਨੋਟਸ ਦੇ ਅੰਦਰ ਦੇਖੋ, ਆਤਮਜੀਤ ਦਾ ਹੈਗਾ ਹੈ ਕੈਮਲੂਪਸ ਦੀਆਂ ਮੱਛੀਆਂ, ਔਰ ਉਹਦੇ ਅੱਗੇ ਆਹ ਲੈਣ ਲਿਖੀ ਦੀ ਹੈ, ਕੈਮਲੂਪਸ ਦੀਆਂ ਮੱਛੀਆਂ ਦੇ ਵਿੱਚ ਪ੍ਰਵਾਸੀ ਲੋਕਾਂ ਦੀਆਂ ਜੀਵਨ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ। ਸੇਮ ਟੂ ਸੇਮ ਕੁਐਸਚਨ ਆ ਹੈਗਾ ਆਤਮਜੀਤ ਵਾਲੇ 'ਚ, ਦੇਖ ਲਿਓ ਭਾਈ ਜਿਹਨਾਂ ਕੋਲ ਆਪਣੇ ਨੋਟਸ ਹੈਗੇ ਆ। ਅਤੇ ਕਿਉਂ ਆਪਾਂ ਜਦੋਂ ਨਾਵਲ ਕਰਾਏ, ਨਾਟਕ ਕਰਾਏ, ਕਹਾਣੀ ਕਰਾਈ, ਨਾਟਕ ਨਾਵਲ 'ਚ ਇਸ ਗੱਲ ਦਾ ਖਾਸ ਧਿਆਨ ਰੱਖਿਆ, ਹਰ ਇੱਕ ਨਾਟਕ ਦੀ ਕਹਾਣੀ ਦੱਸੀ ਹੈ, ਵਿਸ਼ਾ ਵਸਤੂ ਦੱਸਿਆ, ਤਾਂ ਕਿ ਅਗਰ ਪੇਪਰ ਥੋੜ੍ਹਾ ਜਿਹਾ ਔਖਾ ਆਉਂਦਾ ਤਾਂ ਉੱਥੇ ਜਾ ਕੇ ਫਸੇਗਾ। ਅੱਗੇ 106 ਨੰਬਰ, ਕਿਸ ਕਹਾਣੀਕਾਰ ਦੀ ਭਾਸ਼ਾ ਉੱਤੇ ਪੰਜਾਬੀ ਦੀ ਪੋਠੇਹਾਰੀ ਉਪਭਾਸ਼ਾ ਦੀ ਰੰਗਣ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ, ਵਰਿਆਮ ਸਿੰਘ ਸੰਧੂ, ਕੁਲਵੰਤ ਸਿੰਘ ਵਿਰਕ, ਕਰਤਾਰ ਸਿੰਘ ਦੁੱਗਲ। ਇਹ ਹੈ ਜੀ ਕਰਤਾਰ ਸਿੰਘ ਦੁੱਗਲ। ਕਰਤਾਰ ਸਿੰਘ ਦੁੱਗਲ ਵਾਲੇ ਪੋਰਸ਼ਨ 'ਚ ਤੁਸੀਂ ਜਾਣਾ ਹੈ, ਕਰਤਾਰ ਸਿੰਘ ਦੁੱਗਲ ਵਾਲੇ 'ਚ ਦੇਖਿਓ ਪਿਛਲੇ ਪਾਸੇ ਨੂੰ, ਲਾਸਟ ਦੇ ਵਿੱਚ 8ਵੀਂ 9ਵੀਂ ਲਾਈਨ ਹੋਵੇਗੀ, ਉਹਦੇ ਵਿੱਚ ਆ ਲਿਖਿਆ ਪੋਠੇਹਾਰੀ ਦਾ ਪ੍ਰਭਾਵ। ਹੋਰ ਤੁਸੀਂ ਆਪਣੇ
ਪੜ੍ਹ ਲਿਓ, ਉਹਦੇ ਵਿੱਚ ਲਿਖਿਆ ਗੁਰਬਖਸ਼ ਸਿੰਘ ਪੀਤਲੀ ਦੀ ਕਿਹੜੀ ਭਾਸ਼ਾ ਸੀ, ਵਰਿਆਮ ਸੰਧੂ ਦੀ ਕਿਹੜੀ ਸੀ, ਕੁਲਵੰਤ ਸਿੰਘ ਵਿਰਕ ਦੀ ਕਿਹੜੀ ਸੀ, ਕਰਤਾਰ ਸਿੰਘ ਦੁਗਲੀ, ਹਰ ਇੱਕ ਦਾ ਦੇ ਰੱਖਿਆ ਕਿਹੜਾ ਖੇਤਰ ਸੀ, ਕਿਹੜਾ ਵਿਸ਼ਾ ਵਸਤੂ ਸੀ, ਕਿਉਂਕਿ ਇਸ ਤੋਂ ਸੰਬੰਧਿਤ ਪ੍ਰਸ਼ਨ ਆਉਂਦੇ ਹੈ। ਔਰ ਇਹ ਸਿੱਧਾ ਜਿਹਾ ਪ੍ਰਸ਼ਨ ਸੀਗਾ, ਕਰਤਾਰ ਸਿੰਘ ਦੁੱਗਲ ਆਪਣਾ ਸਹੀ ਹੋਣਾ ਚਾਹੀਦਾ ਸੀ ਭਾਈ। ਅੱਗੇ 107 ਨੰਬਰ ਲੋਨਜਾਈਨਸ ਨੇ ਉਦਾਰ ਸ਼ੈਲੀ ਦਾ ਦੇ ਪੰਜਾਂ ਸੋਮਿਆਂ ਦਾ ਕਿਹੜਾ ਸਾਂਝਾ ਆਧਾਰ ਮੰਨਿਆ? ਦੇਖੋ ਸਾਂਝਾ ਆਧਾਰ ਜਿਸਨੇ ਲੋਨਜਾਈਨਸ ਵਾਲੀ ਵੀਡੀਓ ਵੇਖੀ ਹੈ ਉਸ ਵਿੱਚ ਦੇਖ ਰੱਖਿਆ, ਉਸ 'ਚ ਮੈਂ ਕਿਹਾ ਹੋਇਆ ਅਗਰ ਸਾਂਝਾ ਆਧਾਰ ਅਗਰ ਗੱਲ ਕੀਤੀ ਜਾਵੇ ਤਾਂ ਸਮੁੱਚੀ ਰੂਪ ਬਣਤਰ ਹੈ ਬਈ। ਰੂਮ ਲਿਖਤਾ ਇਹਨੇ ਰੂਪ ਬਣਤਰ ਲਿਖਣੀ ਸੀ, ਸਮੁੱਚੀ ਰੂਪ ਬਣਤਰ ਹੈ ਉਹ ਉਹਦਾ ਸਾਂਝਾ ਆਧਾਰ ਹੈ। ਹੁਣ ਤੁਸੀਂ ਪੇਪਰ ਦੇ ਲਿਆ ਨਾ, ਪੇਪਰ ਦੇਣ ਤੋਂ ਬਾਅਦ ਦੁਬਾਰਾ ਵੇਖ ਲਿਓ ਪਹਿਲਾਂ, ਫਿਰ ਪਤਾ ਲੱਗੂਗਾ ਨਾਲੇ ਅੱਗੇ ਤੁਹਾਨੂੰ ਪਤਾ ਲੱਗ ਜਾਏਗਾ ਵਿਸ਼ਲੇਸ਼ਣ ਦਾ ਔਰ ਸਭ ਚੀਜ਼ਾਂ ਦਾ। ਜੰਜ ਦੇ ਰੋਟੀ ਖਾਣ ਸਮੇਂ ਦੀ ਇੱਕ ਰੀਤ ਨੂੰ ਪੂਰਬੀ ਪੰਜਾਬ ਵਿੱਚ ਜੰਜ ਬੰਨਣੀ ਕਿਹਾ ਜਾਂਦਾ ਹੈ, ਇਸ ਰੀਤ ਨੂੰ ਪੋਠੇਹਾਰ ਵਿੱਚ ਕੀ ਕਹਿੰਦੇ ਨੇ ਭਾਈ? ਇਹ ਕੁਐਸਚਨ ਥੋੜ੍ਹਾ ਜਿਹਾ ਔਖਾ ਸੀਗਾ, ਪਰ ਅਗਰ ਤੁਸੀਂ ਕਰਦੇ ਤਾਂ ਜਿਵੇਂ ਥਾਲ ਗੀਤ ਦਾ ਤੁਹਾਨੂੰ ਪਤਾ ਸੀਗਾ ਬਈ, ਦੱਸ ਰੱਖਿਆ ਸੀ ਥਾਲ ਕੀ ਹੁੰਦੀ ਹੈ, ਮਨੋਤ ਕੀ ਹੁੰਦੀ ਹੈ, ਜਕਾਤ ਕੀ ਹੁੰਦੀ ਹੈ, ਇਹਨਾਂ ਗੱਲਾਂ ਤੁਹਾਨੂੰ ਪਤਾ ਸੀ। ਥਾਲ ਗੀਤ ਤੋਂ ਸੰਬੰਧਿਤ ਹੈ, ਇਹ ਜਿਹਾ ਕੋਈ ਪ੍ਰਸ਼ਨ ਅੰਦਰ ਮੈਟਰ ਨਹੀਂ ਹੈ। ਮਨੋਤ ਮਨੋਤ ਮੰਨਣ ਤੋਂ ਸੰਬੰਧਿਤ ਹੈ ਬਈ, ਆਪਾਂ ਮੰਨਤਾ ਮੰਨਦੇ ਹਾਂ, ਹੇ ਰੱਬਾ ਦੇ ਦੀ ਨੰਬਰ ਪਾ ਦੀਏ ਇੱਕ ਵਾਰ, ਉਹ ਗੱਲ ਵੀ ਇਸ 'ਚ ਨਹੀਂ ਹੈ। ਜਕਾਤ ਮੁਸਲਮਾਨਾਂ ਤੋਂ ਸੰਬੰਧਿਤ ਹੈ ਬਈ, ਉਹ ਵੀ ਚੀਜ਼ ਇਹਦੇ ਵਿੱਚ ਨਹੀਂ ਹੈ। ਹੁਣ ਮੁਦਾਵਣੀ ਮਾਨਾ ਹੁੰਦਾ ਬੰਨਣਾ, ਪੋਠੇਹਾਰੀ 'ਚ ਜੰਜ ਬੰਨਣੀ ਹੈ ਨਾ, ਉਸ ਨੂੰ ਮੁਦਾਵਣੀ ਕਹਿੰਦੇ ਹੈ। ਔਰ ਆ ਮੁਦਾਵਣੀ ਦਾ ਜਿਹੜਾ ਆਪਣੇ ਨੋਟਸ ਦੇ ਅੰਦਰ ਤੁਹਾਨੂੰ ਦੱਸਿਆ ਹੋਇਆ, ਮੁਦਾਵਣੀ ਕਿਹਨੂੰ ਕਹਿੰਦੇ ਹੈ, ਅਗਰ ਤੁਸੀਂ ਸਹੀ ਤਰੀਕੇ ਨਾਲ ਵਿਸ਼ਲੇਸ਼ਣ ਕਰ ਲੈਂਦੇ ਤਾਂ ਇਹ ਮੁਦਾਵਣੀ ਹੈ, ਲਗਾ ਸਕਦੇ ਸੀ ਭਾਈ। ਕੋਈ ਵੱਡੀ ਗੱਲ ਨਹੀਂ ਸੀਗੀ, ਆਪਣੇ ਸਿਰਫ ਮੈਂ ਕਹਾਂ ਇਹ ਸਿੱਧਾ ਪ੍ਰਸ਼ਨ ਨੀਗਾ, ਤੁਸੀਂ ਵੇਖ ਲਿਓ ਮੁਦਾਵਣੀ ਦਾ ਅਰਥ ਦਿੱਤਾ ਦਾ ਹੈਗਾ, ਚੀਜ਼ ਸਮਝਾਈ ਹੋਈ ਹੈ, ਸਿੱਧਾ ਨਹੀਂ ਹੈ, ਥੋੜ੍ਹਾ ਜਿਹਾ ਵਿਸ਼ਲੇਸ਼ਣ ਦੀ ਲੋੜ ਸੀ ਕਰਨ ਦੀ, ਅਗਰ ਤੁਸੀਂ ਕਰ ਸਕਦੇ ਤਾਂ ਇਹ ਹੋ ਸਕਦਾ ਸੀ, ਨਹੀਂ ਤਾਂ ਅਗਰ ਨਹੀਂ ਵੀ ਹੋਇਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਹੁਣ ਇਸ ਤੋਂ ਬਾਅਦ 109 ਨੰਬਰ, ਮਨਮੋਹਨ ਬਾਵਾ ਦਾ ਬਾਲ ਸਾਹਿਤ ਦੀ ਦ੍ਰਿਸ਼ਟੀ ਤੋਂ ਰਚਿਤ ਸਫ਼ਰਨਾਮਾ ਹੈ, ਬਾਲ ਸਾਹਿਤ ਵਾਲਾ ਪੁੱਛ ਲਿਆ ਸੀ ਭਾਈ, ਇਹ ਜਿਵੇਂ ਉੱਤਰ ਪਤਾ ਲੱਗੇਗਾ ਦੱਸ ਦੇਵਾਂਗੇ। ਇਹ ਜੇ ਕੁਐਸਚਨ ਸੀ, ਅਜੇ ਕਾਫੀ ਕੁਐਸਚਨ ਹੈ, ਬਹੁਤ ਕੁਐਸਚਨ ਹੈ ਅਜੇ ਊਟ ਪਟਾਂਗੇ ਜੇ, ਇਹਨਾਂ ਦੀ ਪਰਵਾਹ ਨਹੀਂ ਕਰਨੀ, ਪਰਵਾਹ ਉਹਨਾਂ ਦੀ ਕਰਨੀ ਹੈ ਜਿਹੜੇ ਆਪਾਂ ਨੂੰ ਆਉਂਦੇ ਸੀ। ਹੁਣ ਮਨਸੂਰ ਵੀ ਤੇਥੋਂ ਆਇਆ ਹੈ ਤੇ ਸੂਲੀ ਪਕੜ ਚੜਾਇਆ ਹੈ, ਖੌਫ ਨਾ ਕੀਤਾ ਸਾਈਂ ਦਾ ਹੁਣ ਕਹਿਤੀ ਛਪਾਈ ਦਾ। ਦੇਖੋ ਇਹ ਤਾਂ ਰਿਦਮ ਹੀ ਹੈ ਨਾ ਜਿਹੜੀ ਕਾਫੀ ਦੀ ਹੈ ਭਾਈ। ਦੇਖੋ ਇਹ ਸਲੋਕ ਨੀਗਾ, ਸਲੋਕ ਦੇ ਵਿੱਚ ਉਸਤਤ ਹੁੰਦੀ ਹੈ ਸੀਹ ਰਫੀ ਦੇ ਅੰਦਰ, ਇਹ ਆਪਾਂ ਕਰ ਸਕਦੇ ਸੀ, ਕੋਈ ਦਿੱਕਤ ਵਾਲੀ ਗੱਲ ਨਹੀਂ ਸੀ, ਕਿਵੇਂ ਕਰ ਸਕਦੇ ਸੀ, ਸਲੋਕ ਅੰਦਰ ਉਸਤਤ ਹੁੰਦੀ ਹੈ, ਤੁਹਾਨੂੰ ਸਮਝਾਇਆ ਹੋਇਆ ਸਲੋਕ ਦੇ ਬਾਰੇ ਬਈ ਸਲੋਕ ਆਹ ਹੈ। ਸੀਹ ਰਫੀ ਹੈ ਜਿਹੜੀ, ਸੀਹ ਰਫੀ ਵਿੱਚ ਕੀ ਹੁੰਦਾ ਕਿ ਫਾਰਸੀ ਵਰਣਮਾਲਾ ਉੱਤੇ ਆਧਾਰਿਤ ਹੈਗੀ ਹੈ, ਸੀ ਮਾਨੇ ਤੀਹ ਹੁੰਦੇ, ਅਰਫ ਮਾਨੇ ਅੱਖਰ, ਉਸ ਤੋਂ ਸੰਬੰਧਿਤ ਵੀ ਇੱਥੇ ਕੋਈ ਫਾਰਸੀ ਵਰਣਮਾਲਾ ਅੱਖਰ ਨਹੀਂ ਆਇਆ ਦਾ, ਕਾਫੀ ਬਚ ਗਿਆ। ਤੁਸੀਂ ਕੋਈ ਕਾਫੀਆਂ ਕਿੰਨੀਆਂ ਪੜ੍ਹੀਆਂ ਬੋਰਡ ਦੇ ਕਿਤਾਬ ਦੇ ਅੰਦਰ, ਬੀ ਏ 'ਚ ਵੀ ਕਾਫੀ ਕਾਫੀਆਂ, ਬੋਰਡ 'ਚ ਵੀ ਕਾਫੀਆਂ, ਇਸ਼ਕ ਦੀ ਨਵੀਂ ਨਵੀਂ ਬਹਾਰ ਔਰ ਸ਼ਾਹ ਹੁਸੈਨ ਦੀਆਂ, ਬੁੱਲੇ ਸ਼ਾਹ ਦੀਆਂ ਕਿੰਨੀਆਂ ਕਾਫੀਆਂ, ਉਹਦੀ ਰਿਦਮ ਨਾਲ ਹੀ ਰਿਦਮ ਮਿਲਦੀ ਹੈ ਭਾਈ, ਰਿਦਮ ਨਾਲ ਰਿਦਮ ਮਿਲਦੀ ਹੈ ਜਦੋਂ ਉੱਥੇ ਪੜ੍ਹਿਆ। ਤਾਂ ਇਹ ਕੁਐਸਚਨ ਕੀ ਹੈ ਕਿ ਸਹੀ ਹੋਣ ਵਾਲਾ ਕੁਐਸਚਨ ਸੀ, ਐਵੇਂ ਨਹੀਂ ਕਿ ਵੀ ਨਾ ਸਹੀ ਹੁੰਦਾ। ਅੱਗੇ ਜੀ 110 ਨੰਬਰ ਹੋ ਗਿਆ, 111 ਨੰਬਰ, ਭਾਰਤੀ ਅਧਿਆਤਮ ਪਰੰਪਰਾ ਵਿਸ਼ੇਸ਼ ਰੂਪ ਵਿੱਚ ਗੁਰਮਤਿ ਕਾਵਿ ਪਰੰਪਰਾ ਦੀ ਸ਼ਬਦਾਵਲੀ ਦਾ ਵਧੇਰੇ ਪ੍ਰਯੋਗ ਕਿਸ ਸੂਫੀ ਨੇ ਕੀਤਾ? ਸੁਲਤਾਨ ਬਾਹੂ, ਸ਼ਾਹ ਹੁਸੈਨ, ਬੁੱਲੇ ਸ਼ਾਹ, ਗੁਲਾਮ ਫਰੀਦ। ਗੁਰਮਤਿ ਕਾਵਿ ਪਰੰਪਰਾ ਦੀ ਸ਼ਬਦਾਵਲੀ ਦਾ ਬਈ ਇਹ ਕਿਸ ਨੇ ਕੀਤਾ? ਦੇਖੋ ਇਸ ਵਿੱਚ ਇੱਕ ਚੀਜ਼ ਹੈ ਜਿਹੜੀ, ਇਹ ਕੁਐਸਚਨ ਐਵੇਂ ਹੋ ਸਕਦਾ ਸੀ, ਆਪਾਂ ਨੂੰ ਪਤਾ ਸੀ ਸ਼ਾਹ ਹੁਸੈਨ ਹੈ ਨਾ ਜਿਹੜਾ, ਉਹ ਕਾਫੀ ਪ੍ਰਭਾਵਿਤ ਰਿਹਾ ਬਈ, ਗੁਰੂ ਅਰਜਨ ਦੇਵ ਦੇ ਸੰਪਰਕ 'ਚ ਵੀ ਆਏ ਸੀ ਉਹ, ਠੀਕ ਹੈ। ਦੇਖੋ ਗੁਲਾਮ ਫਰੀਦ ਤਾਂ ਬਹੁਤ ਬਾਅਦ ਵਾਲਾ ਬੰਦਾ ਹੈ,
ਹੁਣ ਟੱਕਰ ਅਗਰ ਹੁੰਦੀ ਵੀ ਟੱਕਰ ਦੇਖੋ ਅਗਰ ਹੁੰਦੀ ਵੀ ਨਾ ਤਾਂ ਸੁਲਤਾਨ ਬਾਹੂ ਸ਼ਾਹ ਹੁਸੈਨ ਦੇ ਵਿੱਚ ਹੋ ਸਕਦੀ ਸੀ ਤੁਹਾਡੀ। ਬੁੱਲਾ ਵੀ ਥੋੜ੍ਹਾ ਬਾਅਦ ਵਾਲਾ ਹੈ ਅਤੇ ਬੁੱਲੇ ਸ਼ਾਹ ਹੁਸੈਨ ਚੋਂ ਤਾਂ ਵੀ ਸ਼ਾਹ ਹੁਸੈਨ ਹੈ ਜਿਹੜਾ ਉਹ ਕੀ ਹੈ ਸਮਕਾਲੀ ਹੈ। ਤੁਸੀਂ ਸਮਕਾਲੀਆਂ 'ਚ ਦੇਖਿਓ ਸਮਕਾਲੀਆਂ 'ਚ ਨਾਮ ਲਿਖਿਆ ਦਾ ਪਰ ਥੋੜ੍ਹਾ ਜਿਹਾ ਦੇਖੋ ਸਿੱਧਾ ਕੁਸ਼ਚਨ ਹੀ ਸੀ ਵਿਸ਼ਲੇਸ਼ਣ ਕਰਨਾ ਸੀ ਔਰ ਵਿਸ਼ਲੇਸ਼ਣ ਕਰਕੇ ਪਹੁੰਚਣਾ ਸੀਗਾ ਬਈ ਇਸ ਵਿੱਚ ਕੀ ਹੈ ਕਿ ਗੁਲਾਮ ਫਰੀਦ ਹੋ ਨਹੀਂ ਸਕਦਾ ਬਾਹਰ ਵਾਲਾ ਹੈ ਸੁਲਤਾਨ ਬਾਹੂ ਦਾ ਅਲੱਗ ਤਰੀਕਾ ਹੈ ਬਈ ਸ਼ਾਹ ਹੁਸੈਨ ਹੈ ਉਹ ਹੋ ਸਕਦਾ ਕਿਉਂਕਿ ਉਹ ਪ੍ਰਭਾਵਿਤ ਵੀ ਰਿਹਾ ਔਰ ਗੁਰੂ ਸਾਹਿਬ ਕੋਲ ਆਇਆ ਵੀ ਮੇਰੀ ਬਾਣੀ ਸ਼ਾਮਿਲ ਕੀਤੀ ਜਾਵੇ ਅਤੇ ਉਹ ਕੀ ਚੀਜ਼ ਹੈ ਕਿ ਸ਼ਾਹ ਹੁਸੈਨ ਬਣਦਾ ਸੀ ਅਗਰ ਇੰਨੀ ਜਾਣਕਾਰੀ ਰੱਖਦੇ ਹੋ ਤਾਂ ਹੀ ਇਹ ਕੁਸ਼ਚਨ ਹੋ ਸਕਦਾ ਸੀ ਨਹੀਂ ਤਾਂ ਨਹੀਂ। 112 ਨੰਬਰ ਅਜਨਬੀਕਰਨ ਰੂਸੀ ਰੂਪਵਾਦ ਦੇ ਸਿਧਾਂਤ ਦਾ ਸੰਸਥਾਪਕ ਹੈ ਰੋਮਨ ਜੈਕਬਸਨ ਤਿਆਜਨੋ ਬੈਰਿਸ ਤੋਮੋਸਕੋਵਸਕੀ ਵਿਕਟਰ ਸਕਲੋਵਸਕੀ। ਦੇਖੋ ਅਜਨਬੀਕਰਨ ਦਾ ਰੂਸੀ ਰੂਪਵਾਦ ਦੇ ਵਿੱਚ ਅਜਨਬੀਕਰਨ ਸਿੱਧਾ ਸਪਾਟ ਸਿੱਧਾ ਕੁਸ਼ਚਨ ਨੋਟਸ ਦੇ ਵਿੱਚੋਂ ਵਿਕਟਰ ਸਕਲੋਵਸਕੀ ਅਜਨਬੀਕਰਨ ਉਹਦੇ ਅਗਰ ਉਹਦੇ ਅੱਗੇ ਲਿਖਿਆ ਸਮਝਾਇਆ ਅਜਨਬੀਕਰਨ ਕੀ ਹੈ ਔਰ ਅੱਗੇ ਵਿਕਟਰ ਸਕਲੋਵਸਕੀ ਲਿਖਿਆ ਹੋਇਆ ਔਰ ਇਹ ਤੁਹਾਡਾ ਸਹੀ ਹੋਇਆ ਹੋਣਾ ਸਿੱਧਾ ਸਪਾਟ ਕੁਸ਼ਚਨ ਸੀ। ਭਾਸ਼ਾ ਦੇ ਦੋਹਰੇ ਉਚਾਰਨ ਦਾ ਸੰਕਲਪ ਦਿੱਤਾ ਬਈ ਦੇਖੋ ਇਹ ਕੁਸ਼ਚਨ ਹੈ ਨਾ ਜਿਹੜਾ ਥੋੜ੍ਹਾ ਜਿਹਾ ਔਖਾ ਕੁਸ਼ਚਨ ਸੀ ਅਗਰ ਤੁਹਾਨੂੰ ਨਹੀਂ ਆਇਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਈ। ਭਾਸ਼ਾ ਦੇ ਦੋਹਰੇ ਉਚਾਰਨ ਦਾ ਸੰਕਲਪ ਹੈ ਨਾ ਜੋ ਆਂਦਰੇ ਮਾਰਤੀ ਨੇ ਦਿੱਤਾ ਬਈ ਇਹ ਕੁਸ਼ਚਨ ਇਸ ਕਾਰਨ ਦੋਹਰਾ ਸੰਕਲਪ ਸੀ ਮੈਂ ਸੋਚਿਆ ਸੀ ਦੋਹਰਾ ਸੰਕਲਪ ਪੁੱਛੂਗਾ ਬਈ ਧੁਨੀਆਤਮਕ ਵਿਆਕਰਨਾਤਮਕ ਉਹਦੇ ਵਿੱਚ ਹੋਕੈਟ ਵਾਲਾ ਵੀ ਮੈਂ ਪਾਤਾ ਸੀ ਮੈਨੂੰ ਇੱਥੇ ਲੱਗਿਆ ਕਿ ਹੋਕੈਟ ਤੱਕ ਚਲਾ ਜਾਊਗਾ ਆਂਦਰੇ ਮਾਰਤੀ ਨੇ ਤੱਕ ਨਹੀਂ ਜਾਂਦਾ ਬਈ ਉਹਦਾ ਜ਼ਿਆਦਾ ਫੇਮਸ ਹੈਗਾ ਪਰੰਤੂ ਉਹਨੇ ਆਂਦਰੇ ਮਾਰਤੀ ਨੇ ਪੁੱਛ ਲਿਆ ਔਰ ਆਹ ਵੀ ਜਿਹੜਾ ਹੈ ਸਿਧਾਂਤਕ ਭਾਸ਼ਾ ਵਿਗਿਆਨ ਪ੍ਰੇਮ ਪ੍ਰਕਾਸ਼ ਦੀ ਕਿਤਾਬ ਦੇ ਵਿੱਚੋਂ ਆਇਆ ਆਂਦਰੇ ਮਾਰਤੀ ਨੇ ਇਹਦਾ ਸਹੀ ਹੈ ਬਈ ਅਗਰ ਇਹ ਨਹੀਂ ਹੋਇਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਹੁਤ ਘੱਟ ਜਵਾਕਾਂ ਨੂੰ ਇਹ ਕੁਸ਼ਚਨ ਆਉਂਦਾ ਹੋਣਾ ਜਾਂ ਜਿਹਨੂੰ ਭਾਸ਼ਾ ਵਿਗਿਆਨ ਦੀ ਕਿਤਾਬ ਯਾਦ ਸੀਗੀ ਉਹ ਇਹ ਕਰ ਸਕਦਾ ਸੀਗਾ। 114 ਨੰਬਰ ਹਿੰਦੂ ਧਿਆਵੈ ਦੋਹਰਾ ਮੁਸਲਮਾਨ ਮਸੀਤ ਜੋਗੀ ਧਿਆਵੈ ਪਰਮਪਦ ਜਾਂ ਦੋਹਰਾ ਨਾ ਮਸੀਤ ਉਪਰੋਕਤ 17 ਦਾ ਰਚਤਾ ਕੌਣ ਹੈ। ਤੁਸੀਂ ਨਾ ਬੋਰਡ ਦੀ ਕਿਤਾਬ ਚੱਕ ਲਿਓ ਬੋਰਡ ਦੀ ਕਿਤਾਬ 'ਚ ਦੇਖ ਲਿਓ ਉਹਦੇ ਵਿੱਚ ਦਿੱਤਾ ਹੋਇਆ ਗੋਰਖਨਾਥ ਅਗਰ ਜੇ ਕਿਸੇ ਨੂੰ ਨਹੀਂ ਆਇਆ ਨਾ ਹੁਣ ਜਾ ਕੇ ਦੁਬਾਰਾ ਵੇਖਿਓ ਬੋਰਡ ਦੀ ਕਿਤਾਬ 'ਚ ਹੈ। ਕਈ ਤਾਂ ਕਹਿੰਦੇ ਜੀ 11ਵੀਂ 'ਚੋਂ ਬਹੁਤ ਘੱਟ ਆਏ ਜੀ ਬੋਰਡ ਦੀਆਂ ਕਿਤਾਬਾਂ 'ਚੋਂ ਘੱਟ ਆਏ ਅਰੇ ਬਈ ਬੋਰਡ ਦੀ ਕਿਤਾਬਾਂ 'ਚੋਂ ਘੱਟ ਕੁਸ਼ਚਨ ਆਏ ਤਾਂ ਮੈਰਿਟ ਘੱਟ ਜੇ ਵੱਧ ਕੁਸ਼ਚਨ ਆਏ ਤਾਂ ਮੈਰਿਟ ਵੱਧ ਬਸ ਸਿੰਪਲ ਹਿਸਾਬ ਹੈ ਸਿੰਪਲ ਫੰਡਾ ਹੈ ਪੇਪਰ ਦਾ ਆਹ ਨਾ ਸੋਚੋ ਕਿ ਲੋਕਾਂ ਦੇ 70-70 ਬਣੀ ਜਾਂਦੇ ਹੋਣੇ ਬਹੁਤ ਘੱਟ ਹੈ। ਐਗਜ਼ਿਟ ਪੋਲ ਕਰਾਵਾਂਗੇ ਬਈ ਐਗਜ਼ਿਟ ਪੋਲ ਦੇ ਵਿੱਚ ਤੁਸੀਂ ਹਿੱਸਾ ਲੈਣਾ ਆਪਣੇ ਪੰਜਾਬੀ ਲੈਕਚਰ ਕਿਹੜੀ ਸਰ ਜਿਹੜਾ ਆਪਣਾ ਟੈਲੀਗ੍ਰਾਮ ਚੈਨਲ ਹੈ ਉਸ ਦੇ ਵਿੱਚ ਪਾਵਾਂਗੇ ਬਈ ਕੁਸ਼ਚਨ ਬਣਾ ਕੇ ਪਾਵਾਂਗੇ ਤੁਸੀਂ ਕਲਿੱਕ ਕਰਨਾ ਸਿਰਫ ਤੁਹਾਨੂੰ ਹੀ ਪਤਾ ਹੋਊਗਾ ਔਰ ਇਮਾਨਦਾਰੀ ਨਾਲ ਐਗਜ਼ਿਟ ਪੋਲ 'ਚ ਹਿੱਸਾ ਲੈਣਾ ਔਰ ਇਮਾਨਦਾਰੀ ਨਾਲ ਉੱਥੇ ਕਲਿੱਕ ਕਰਨਾ ਵੀ ਜਿੰਨੇ ਤੁਹਾਡੇ ਨੰਬਰ ਬਣਦੇ ਹੈ ਉਹ ਜਾਂ ਤਾਂ ਤੁਹਾਨੂੰ ਪਤਾ ਹੋਇਆ ਮੈਨੂੰ ਪਤਾ ਹੋਊਗਾ ਹੋਰ ਕਿਸੇ ਨੂੰ ਨਹੀਂ ਪਤਾ ਹੋਊਗਾ ਬਈ। 115 ਨੰਬਰ ਕਿਹੜੇ ਸੂਫੀ ਕਵੀ ਦੀ ਰਚਨਾ ਵਿੱਚ ਦੰਤ ਕਥਾਵਾਂ ਦੀ ਅਣਹੋਂਦ ਹੈ। ਦੰਤ ਕਥਾਵਾਂ ਦੀ ਅਣਹੋਂਦ ਸ਼ੇਖ ਫਰੀਦ ਸ਼ਾਹ ਹੁਸੈਨ ਸੁਲਤਾਨ ਬਾਹੂ ਬੁੱਲੇ ਸ਼ਾਹ। ਦੇਖੋ ਦੰਤ ਕਥਾ ਹੈ ਨਾ ਜਿਹੜੀ ਸ਼ੇਖ ਫਰੀਦ ਦੀ ਬਾਣੀ ਤੁਸੀਂ ਪੜ੍ਹੀ ਹੋਈ ਹੈ ਉਹਦੇ ਸਲੋਕ ਵਗੈਰਾ ਪੜ੍ਹੇ ਦੇ ਆ ਸ਼ਬਦ ਪੜ੍ਹੇ ਆ ਕਿੱਥੇ ਵੀ ਦੰਤ ਕਥਾ ਨਹੀਂ ਗੀ ਕਿੱਥੇ ਵੀ ਦੰਤ ਕਥਾ ਨਹੀਂ ਇਹ ਇਹਦੇ ਕੁਸ਼ਚਨ ਤਾਂ ਦਿੱਤੇ ਜਾਂਦੇ ਆ ਕਿ ਉਹ ਦੇਖਦੇ ਆ ਭਾਈ ਬੱਚੇ ਨੇ ਜਿਹੜੀ ਕਿਤਾਬ ਪੜ੍ਹੀ ਹੈ ਨਾ ਲੈਸਨ ਪੜ੍ਹਿਆ ਉਹਨੂੰ ਕਿੰਨਾ ਢੰਗ ਨਾਲ ਪੜ੍ਹਿਆ ਉਹਨੇ ਸਾਰੀ ਵਿਆਖਿਆ ਕਰ ਲਈ ਸਭ ਕੁਛ ਕਰ ਲਿਆ ਸਾਰਾ ਹੋ ਗਿਆ ਤਾਂ ਇਹ ਤਾਂ ਹੁਣ ਪਤਾ ਹੋਣਾ ਚਾਹੀਦਾ ਨਾ ਭਾਈ ਉੱਥੇ ਦੰਤ ਕਥਾ ਵਾਲੀ ਤਾਂ ਕੋਈ ਗੱਲ ਹੀ ਨਹੀਂ ਦੰਤ ਕਥਾ ਸੁਣੀ ਸੁਣਾਈ ਗੱਲ ਜਾਂ ਲੋਕ ਚਰਚਾ ਦਾ ਵਿਸ਼ਾ ਬਣ ਗਈ
ਇਹ ਜੀ ਕੋਈ ਗੱਲਾਂ ਸੇਖਪ੍ਰੀਤ ਦੇ ਵਿੱਚ ਨਹੀਂ ਹੈ ਭਾਈ। ਇੱਕ ਨੰਬਰ ਬ੍ਰਹਸਪਤੀ ਦਾ ਕਰਤਾ ਹੈ, 116 ਨੰਬਰ ਬ੍ਰਹਸਪਤੀ ਦਾ ਕਰਤਾ ਹੈ ਬੋਰਡ ਦੀ ਕਿਤਾਬ ਦੇ ਵਿੱਚੋਂ ਆਇਆ, ਜਾ ਕੇ ਵੇਖ ਲਿਓ। ਸੰਤੋਖ ਸਿੰਘ ਧੀਰ ਬਈ, ਬ੍ਰਹਸਪਤੀ ਦਾ ਕਰਤਾ ਹੈ ਸੰਤੋਖ ਸਿੰਘ ਧੀਰ, ਬੋਰਡ ਦੀ ਕਿਤਾਬ 'ਚੋਂ ਕੁਸ਼ਚਨ ਚੱਕਿਆ। 117 ਨੰਬਰ ਭਾਸ਼ਾ ਵਿਗਿਆਨਕ ਅੰਤਰਗਤ ਤੇ ਭਾਸ਼ਾ ਅਧਿਐਨ ਲਈ ਪਹਿਲੂ ਹੈ। ਹੁਣ ਇਹ ਕੁਸ਼ਚਨ ਨਹੀਂ ਆਇਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਭਾਈ, ਠੀਕ ਹੈ। ਇਸ ਬਾਰੇ ਮੈਂ ਵੀ ਕਨਫਰਮ ਨਹੀਂ, ਜਿਵੇਂ ਕਨਫਰਮ ਹੋਵਾਂਗਾ ਉਵੇਂ ਹੀ ਮੈਂ ਗਲਤ ਉੱਤਰ ਨਹੀਂ ਦੱਸਣਾ ਚਾਹੁੰਦਾ ਬਾਈ, ਮੈਨੂੰ ਲੱਗਦਾ ਕਿ ਆਹ ਉੱਤਰ ਹੋਣਾ ਚਾਹੀਦਾ, ਪਰੰਤੂ ਮੈਂ ਕਨਫਰਮ ਹੋ ਜਾਊਂਗਾ ਫਿਰ ਹੀ ਪਾਊਂਗਾ, ਕਨਫਰਮ ਦੇ ਬਗੈਰ ਨਹੀਂ। ਐਵੇਂ ਮੈਂ ਟੋਰੇ ਠੋਕੀ ਰੱਖਾਂ ਕੀ ਤੁੱਕ ਹੈ, ਕਿਉਂਕਿ ਬਸ ਤੁਸੀਂ ਆਂਸਰ ਸ਼ੀਟ ਤਾਂ ਮਿਲਾਉਣੀ ਹੈ। ਹਾਂ ਇਹ ਗੱਲ ਹੈ, ਜਿਹੜਾ ਕੁਐਸਚਨ ਗਲਤ ਹੈ, ਜਿਹੜਾ ਕੁਛ ਵੀ ਹੈ ਤੁਹਾਨੂੰ ਮੈਂ ਦੱਸਿਆ ਹੈਗਾ, ਉਸ ਤੋਂ ਸੰਬੰਧਿਤ ਅਗਰ ਕੋਈ ਵੀ ਆਪਣੇ ਦਿੱਕਤ ਆਉਂਦੀ ਹੈ ਤਾਂ ਕੱਲ੍ਹ ਨੂੰ ਆਂਸਰ ਕੀ ਹੈ ਉਸ ਦੇ ਵਿੱਚ ਵੀ ਆਪਾਂ ਅਗਰ ਲਗਾਉਣਾ ਹੈ ਤਾਂ ਮੈਂ ਤੁਹਾਡੇ ਨਾਲ ਖੜਾ ਹੈ ਭਾਈ, ਕਿਉਂਕਿ ਮੈਂ ਲਗਾ ਨਹੀਂ ਸਕਦਾ। ਪੇਪਰ ਦਿੱਤਾ ਹੁੰਦਾ ਜਿਹੜਾ ਉਹੀ ਬੰਦਾ ਲਗਾਉਂਦਾ ਹੈ ਭਾਈ, ਉਸ ਤੋਂ ਸੰਬੰਧਿਤ ਜਿੰਨੇ ਵੀ ਤੱਥ ਹੈਗੇ ਹੈ ਉਹ ਮੈਂ ਤੁਹਾਨੂੰ ਉਪਲਬਧ ਕਰਾ ਦਾਂਗਾ। ਔਰ ਇਹ ਜ਼ਰੂਰ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਜਦੋਂ ਆਂਸਰ ਕੀ, ਫਾਈਨਲ ਆਂਸਰ ਕੀ ਆਊਗੀ RPSC ਦਾ, ਉਸ ਟਾਈਮ ਆਪਾਂ ਜ਼ਰੂਰ ਉਹਦੇ ਵਾਸਤੇ ਅਪਲਾਈ ਕਰਨਾ, ਤਾਂ ਕਿ ਸੰਸ਼ੋਧਨ 'ਚ ਆਪਣਾ ਸੰਸ਼ੋਧਨ ਹੋ ਜਾਵੇ, ਔਰ ਬਾਈ ਚਾਂਸ ਉਹਨਾਂ ਨੇ ਕੋਈ ਗਲਤ ਕਰਤਾ, ਜਿਹੜਾ ਸਹੀ ਉੱਤਰ ਗਲਤ ਕਰਤਾ ਅਤੇ ਨਾ ਦਿੱਕਤਾ, ਜਿਵੇਂ PMC 'ਚ ਐਵੇਂ ਹੋ ਗਿਆ ਸੀ ਬਾਈ, 7-8 ਕੁਸ਼ਚਨ। ਇਸ ਬਾਰੇ ਪਹਿਲੇ ਵੀਡੀਓ ਚਰਚਾ ਕਰਤੀ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਆਪਾਂ ਅੱਗੇ ਚੱਲਦੇ ਹਾਂ। ਹੁਣ 118 ਨੰਬਰ ਸ਼ਰਧਾ ਰਾਮ ਫਿਲੋਰੀ ਰਚਿਤ ਪੁਸਤਕਾਂ ਸਿੱਖਾਂ ਦੇ ਰਾਜ ਦੀ ਵਿੱਥਿਆ ਅਤੇ ਸਿੱਖ ਬਾਤਚੀਤ, ਭਾਸ਼ਾ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਮਿਸ਼ਰਣ ਹੈ, ਮਾਲੀ ਲਿਖਤਾ ਬਈ ਮਾਝੀ ਅਤੇ ਦੁਆਬੀ, ਦੂਜਾ ਮਲਵਈ ਅਤੇ ਦੁਆਬੀ, ਤੀਜਾ ਦੁਆਬੀ ਅਤੇ ਪੁਆਧੀ, ਚੌਥਾ ਮਾਲੀ ਅਤੇ ਪੁਆਧੀ। ਆਹ ਕੁਸ਼ਚਨ ਡਿਲੀਟ ਹੋਊਗਾ। ਇਹਦੇ ਪਿੱਛੇ ਕਾਰਨ ਮੈਂ ਦੱਸ ਦੇਣਾ, ਇਹਦੇ ਪਿੱਛੇ ਕਾਰਨ ਦੋ ਹੈ। ਇੱਕ ਕਾਰਨ ਤਾਂ ਇਹ ਕਿ ਮਾਝੀ ਦੀ ਜਗ੍ਹਾ ਮਾਲੀ ਲਿਖਿਆ ਹੈ, ਦੂਜਾ ਕਾਰਨ ਇਹ ਹੈ ਕਿ ਇਹਦਾ ਜਿਹੜਾ ਪਹਿਲਾ ਆਪਸ਼ਨ ਹੈ ਮਾਝੀ ਅਤੇ ਦੁਆਬੀ ਆਹ ਵੀ ਸਹੀ ਹੈ, ਦੂਜਾ ਆਪਸ਼ਨ ਮਲਵਈ ਅਤੇ ਦੁਆਬੀ ਆਹ ਵੀ ਸਹੀ ਹੈ। ਔਰ ਆਹ ਜਿਹੜੀ ਗੱਲ ਹੈ ਇਹ ਕੀ ਕਹਿੰਦੇ ਆ ਕਿ ਆਪਣੇ ਨੋਟਸ ਦੇ ਅੰਦਰ ਦਿੱਤੀ ਹੋਈ ਹੈ, ਮਾਝੀ ਦੁਆਬੀ ਮਲਵਈ ਤਿੰਨੋਂ ਦਿੱਤੀਆਂ ਹੋਈਆਂ, ਠੀਕ ਹੈ। ਹੁਣ ਅਗਰ ਬਾਈ ਚਾਂਸ ਇਸ ਕੁਸ਼ਚਨ ਦੇ ਵਿੱਚ ਕੋਈ ਊਟ ਪਟਾਂਗ ਹਰਕਤ ਕਰਦੇ ਹੈ ਤਾਂ ਬੋਰਡ ਦੀ ਕਿਤਾਬ ਦੇ ਅੰਦਰ ਤੁਸੀਂ ਵੇਖ ਲਿਓ, ਬੋਰਡ ਦੀ ਕਿਤਾਬ ਦੇ ਅੰਦਰ ਵੀ ਆਹੀ ਚੀਜ਼ ਦਿੱਤੀ ਹੋਈ ਹੈ ਭਾਈ, ਬੋਰਡ ਦੀ ਕਿਤਾਬ ਦੇ ਅੰਦਰ ਆਹੀ ਚੀਜ਼ ਹੈ, ਔਰ ਕਈ ਜਗ੍ਹਾ ਆਹੀ ਚੀਜ਼ ਦਿੱਤੀ ਹੋਈ ਹੈ। ਤਾਂ ਮੇਰਾ ਦਿੱਤਾ ਹਿਸਾਬ ਕਿਤਾਬ ਕਹਿੰਦਾ 118 ਨੰਬਰ ਕੁਸ਼ਚਨ ਹੈ ਡਿਲੀਟ ਵੱਜਣਾ ਚਾਹੀਦਾ ਭਾਈ, 3-4 ਕੁਸ਼ਚਨ ਡਿਲੀਟ ਵੱਜਣ ਵਾਲੇ ਹੈ। ਕਿਹੜਾ ਕੁਸ਼ਚਨ ਡਿਲੀਟ ਲੱਗਣ ਵਾਲਾ ਹੈ, ਕਿਹੜਾ ਕੁਸ਼ਚਨ ਗਲਤ ਹੈ, ਇਸ ਬਾਰੇ ਵੀ ਕੀ ਕਹਿੰਦੇ, ਹਰ ਇੱਕ ਕੁਸ਼ਚਨ ਦੇ ਉੱਤੇ ਚਾਨਣਾ ਪਾਇਆ ਗਿਆ ਹੈ ਭਾਈ, ਇਸ ਤੋਂ ਪਹਿਲੇ ਪਾਰਟ 'ਚ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ 119 ਨੰਬਰ, ਦ੍ਰਿਸ਼ ਅਤੇ ਸਰਵ ਸਹਾਇਕ ਸਾਧਨ ਸਿੱਖਣ ਪ੍ਰਕਿਰਿਆ ਨੂੰ ਬਣਾਉਂਦੇ ਨੇ, ਔਖਾ ਅਕਾਊ ਜਟਲ ਪ੍ਰਭਾਵੀ। ਦੇਖੋ ਸੌਖਾ ਕੁਸ਼ਚਨ ਸੀ, ਐਵੇਂ ਨਹੀਂ ਆਪਾਂ ਕਹਿ ਸਕਦੇ ਵੀ ਆਪਾਂ ਨੇ ਸਭ ਦਾ ਹੀ ਕੁਸ਼ਚਨ ਸਹੀ ਹੋਇਆ ਹੋਣਾ, ਮੈਨੂੰ ਲੱਗਦਾ ਪ੍ਰਭਾਵੀ ਭਾਈ ਜਿਹੜਾ ਇਹ ਹੈਗੇ ਨਾ ਪ੍ਰਭਾਵੀ ਬਣਾਉਂਦੇ ਹੈ, ਮੈਨੂੰ ਨਹੀਂ ਲੱਗਦਾ ਬਈ ਕਿਸੇ ਦਾ ਗਲਤ ਹੋਇਆ ਹੋਵੇ, ਪ੍ਰਭਾਵੀ। ਦ੍ਰਿਸ਼ ਸਰਵ ਜਿਹੜੇ ਹੈ ਬਈ ਆਡੀਓ ਵੀਡੀਓ ਵਾਲੇ ਇਹ ਪ੍ਰਭਾਵੀ ਬਣਾਉਂਦੇ ਹੈ, ਔਰ ਇਹ ਕੀ ਕਹਿੰਦੇ ਆ ਕਿ ਇਹ ਵੀ ਸਭ ਦਾ ਹੀ ਸਹੀ ਹੋਇਆ ਹੋਊਗਾ, ਇਹਦੇ ਵਿੱਚ ਕੋਈ ਚੱਕਰ ਨਹੀਂ ਗਾ, ਸਭ ਪਾਸੇ ਮਿਲ ਜੂਗਾ, ਸਾਰਿਆਂ ਪਾਸੇ ਜਿੱਥੇ ਮਰਜ਼ੀ ਵੇਖ ਲਓ ਕੁਸ਼ਚਨ ਮਿਲੇਗਾ। ਇਹ ਹੇਠ ਲਿਖੇ ਵਿੱਚੋਂ ਕਿਹੜਾ ਕਥਨ ਗਲਤ ਹੈ, ਵਿਕਾਸ ਇੱਕ ਭਵਿੱਖਬਾਣੀ, ਵਿਕਾਸ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਨਾ ਜੀ ਨਾ। ਵਿਕਾਸ ਇੱਕ ਵਿਅਕਤੀਗਤ ਪ੍ਰਕਿਰਿਆ ਹੈ, ਹਾਂ। ਵਿਕਾਸ ਇੱਕ ਸਥਿਰ ਪ੍ਰਕਿਰਿਆ ਹੈ, ਨਹੀਂ। ਵਿਕਾਸ ਆਮ ਤੋਂ ਵਿਸ਼ੇਸ਼ ਵੱਲ ਵੱਧਦਾ ਹੈ, ਨਹੀਂ। ਦੇਖੋ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਬਈ ਇਸ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ, ਵਿਕਾਸ ਦੇ ਬਾਰੇ ਦੱਸਿਆ ਹੋਇਆ, ਵਿਕਾਸ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਬਈ, ਕੌਣ ਕਿੰਨਾ ਵਿਕਾਸ ਕਰੇਗਾ ਕੋਈ ਭਵਿੱਖਬਾਣੀ ਨਹੀਂ। ਵਿਕਾਸ ਵਿਅਕਤੀਗਤ ਪ੍ਰਕਿਰਿਆ, ਜਿੰਨੀ ਤੁਸੀਂ ਮਿਹਨਤ ਕਰੋਗੇ ਅੱਗੇ ਵੱਧਦੇ ਜਾਓਗੇ ਭਾਈ, ਔਰ ਸਾਰੀ ਜ਼ਿੰਦਗੀ ਚੱਲਦੀ ਰਹਿੰਦੀ ਆ, ਅਵਰਦੀ ਨਹੀਂ, ਵਿਕਾਸ ਦੀ ਗੱਲ ਕੀਤੀ ਹੈ। ਦੋ ਨੰਬਰਾਂ ਦਾ ਸਹੀ ਹੈ ਭਾਈ।
ਵਿਕਾਸ ਇੱਕ ਸਥਿਰ ਪ੍ਰਕਿਰਿਆ ਹੈ ਨਾ ਜੀ, ਨਾ ਵਿਕਾਸ ਆਮ ਤੋਂ ਵਿਸ਼ੇਸ਼ ਨਹੀਂ, ਦੋ ਨੰਬਰਾਂ ਦੇ ਸਹੀ ਹੈ ਭਾਈ। ਹੋ ਸਕਦਾ ਸੀ ਕੋਈ ਵੱਡੀ ਗੱਲ ਇਹਦੇ ਵਿੱਚ ਨਹੀਂ ਬਣਦੀ ਸੀ ਭਾਈ। ਅੱਗੇ ਜੀ, ਕੋਹਲ ਵਰਗ ਅਨੁਸਾਰ ਕਿਹੜੇ ਪੱਧਰ ਅਨੁਸਾਰ ਨੈਤਿਕ ਵਿਕਾਸ ਕਿਸੇ ਕਿਰਿਆ ਦੇ ਭੌਤਿਕ ਸਿੱਟਿਆਂ 'ਤੇ ਨਿਰਧਾਰਿਤ ਹੁੰਦਾ ਹੈ? ਪੂਰਵ ਰੂੜੀਵਾਦੀ ਪੱਧਰ, ਰੂੜੀਵਾਦੀ ਪੱਧਰ, ਪਿਛਲਾ ਰੂੜੀਵਾਦੀ ਪੱਧਰ, ਅਪਰੰਪਰਾਗਤ। ਅਗਰ ਵੇਖਿਆ ਹੋਵੇ ਤਾਂ ਇਹ ਕੁਐਸਚਨ ਮਿਲ ਜਾਏਗਾ ਬਈ ਤੁਹਾਨੂੰ ਇਹਦੇ ਵਿੱਚ ਪੋਸਟ ਕਨਵੈਨਸ਼ਨਲ ਲੈਵਲ। ਪਿਛਲਾ ਰੂੜੀਵਾਦੀ ਪੱਧਰ ਹੈ ਜਿਹੜਾ ਉਹ ਹੈ ਭਾਈ। ਰੂੜੀਵਾਦੀ ਜਗ੍ਹਾ ਹੋਰ ਚੀਜ਼ ਲਿਖੀ ਦੀ ਹੈ, ਪਰੰਤੂ ਅੰਗਰੇਜ਼ੀ 'ਚ ਵੀ ਲਿਖਿਆ ਤਾ ਭਾਈ, ਤਾਂ ਅੰਗਰੇਜ਼ੀ 'ਚ ਜਿਹੜਾ ਸੀਗਾ ਉਹ ਤੁਸੀਂ ਦੇਖ ਕੇ ਲਗਾ ਦੇਣਾ ਸੀ ਭਾਈ। 122 ਨੰਬਰ ਜਿਹੜਾ ਹੈ ਉਸ ਤੋਂ ਗਾਂਹ ਚਲੀਏ ਬਈ। 122 ਵੀ ਗਲਤ ਕਰ ਸਕਦੇ ਆ ਕਿਉਂਕਿ ਇਹ ਸਹਿ ਧੁਨੀ ਹੈ, ਜਿਹੜਾ ਸੱਤ ਧੁਨੀ ਲਿਖਤੀ ਪਈ ਇੱਥੇ, ਇੱਥੇ ਆਹ ਹੋਣਾ ਚਾਹੀਦਾ। ਇਹਦੇ ਬਾਰੇ ਮੈਂ ਬਾਅਦ ਚਰਚਾ ਕਰ ਲੂੰਗਾ ਬਈ। ਇਸ ਤੋਂ ਬਾਅਦ ਬਈ ਆਹ ਕੁਐਸਚਨ ਡਿਲੀਟ ਹੋ ਸਕਦਾ। ਇੱਕ ਤਾਂ ਸਹਿ ਧੁਨੀ ਲਿਖਣਾ ਸੀ, ਸੱਤ ਧੁਨੀ ਲਿਖਣਾ ਸੀਗਾ, ਔਰ ਇਸ ਹਿਸਾਬ ਨਾਲ ਕਈ ਇਹਦੇ ਪਿੱਛੇ ਕਾਰਨ ਹੈ, ਉਹਦੀ ਮੈਂ ਗੱਲ ਕਰ ਲੂੰਗਾ ਬਈ। ਡਿਲੀਟ ਹੋਣ ਦੀ ਸੰਭਾਵਨਾ ਰਹੇਗੀ, ਵਰਨਾ ਉਹ ਸਪੈਲਿੰਗ ਮਿਸਟੇਕ ਨਾ ਮੰਨਣ ਤਾਂ ਇੱਕ ਉਹਨਾਂ ਦੀ ਵੱਖਰੀ ਗੱਲ ਹੈ ਬਈ। 123 ਨੰਬਰ, ਹੇਠ ਲਿਖੇ ਵਿੱਚੋਂ ਕਿਹੜੀ ਕੰਪਿਊਟਰ ਸਹਾਇਕ ਅਨੁਦੇਸ਼ਨ ਦੀ ਆਧਾਰਭੂਤ ਵਿਸ਼ੇਸ਼ਤਾ ਹੈ? ਸਵੈਗਤੀ, ਅਨੁਦੇਸ਼ਨ ਦੀ ਕਠੋਰਤਾ, ਵਿਲੰਬਿਤ ਫੀਡਬੈਕ, ਅਨੁਦੇਸ਼ਨ ਵਿਧੀਆਂ ਦੀ ਇਕਰੂਪਤਾ? ਕੰਪਿਊਟਰ ਐਡਡ ਇੰਸਟਰਕਸ਼ਨ, ਕੰਪਿਊਟਰ ਸਹਾਇਕ ਅਨੁਦੇਸ਼ਨ, ਦੇਖੋ ਇਹਦੀ ਜਿਹੜੀ ਆਧਾਰਭੂਤ ਵਿਸ਼ੇਸ਼ਤਾ ਹੈ ਕੰਪਿਊਟਰ ਸਹਾਇਕ ਅਨੁਦੇਸ਼ਨ ਦੀ, ਉਹ ਦੱਸਣੀ ਸੀ। ਇਹ ਕੀ ਹੈ? ਸਵੈਗਤੀ ਹੈ। ਇਹ ਸਵੈਗਤੀ ਦੇ ਹਿਸਾਬ ਨਾਲ ਆਪਾਂ ਵੀ ਇਹਦੀ ਵਰਤੋਂ ਕਰਦੇ ਹਾਂ, ਔਰ ਮੈਂ ਜਦੋਂ ਇਹ ਚੀਜ਼ ਕਰਾਈ ਸੀ ਤੁਹਾਨੂੰ ਦੱਸੀ ਸੀ ਬਈ ਆਪਾਂ ਜਿਵੇਂ ਟੈਸਟ ਪਾ ਰਹੇ ਹਾਂ, ਬੱਚਾ ਤਿਆਰੀ ਕਰਦਾ, ਟੈਸਟ ਦਿੰਦਾ, ਫਿਰ ਅਗਲਾ ਟੈਸਟ ਦਿੰਦਾ, ਫਿਰ ਉਸ ਤੋਂ ਅਗਲੇ ਦਿੰਦਾ। ਇਹ ਮੈਂ ਮੋਬਾਈਲ ਰਾਹੀਂ ਸਮਝਾਇਆ ਸੀ, ਮੋਬਾਈਲ ਦੇ ਅੰਦਰ। ਤੁਸੀਂ ਵੀਡੀਓ ਦੇਖ ਲਿਓ, ਫਿਰ ਤੁਹਾਨੂੰ ਗੱਲ ਯਾਦ ਆ ਜਾਏਗੀ ਦੁਬਾਰਾ। ਵੀਡੀਓ ਅੰਦਰ ਆਹ ਗੱਲ ਦੱਸੀ ਸੀ, ਜਿਵੇਂ ਬੱਚਾ ਹੁੰਦਾ ਇੱਕ ਗੇਮ ਖੇਡਦਾ, ਪਹਿਲਾ ਚਰਨ ਪਾਸ, ਅਗਲੇ 'ਚ, ਦੂਜੇ 'ਚ, ਤੀਜੇ 'ਚ, ਐਵੇਂ ਜਾਂਦਾ ਰਹਿੰਦਾ। ਐਵੇਂ ਹੀ ABCD ਐਪ ਹੈ, ਕੋਈ ਐਪ ਹੈ ਤਾਂ ਐਪ ਦੀ ਸਟੇਜਾਂ ਪਾਰ ਕਰਦਾ ਰਹਿੰਦਾ ਸਿੱਖਣ ਦੇ ਵਿੱਚ। ਅਤੇ ਆਹੀ ਗੱਲ ਇਹਦੇ ਵਿੱਚ ਹੈ ਭਾਈ। ਸਵੈਗਤੀ ਹੈ, ਇਹਦੇ 'ਚ ਕੀ ਹੈ? ਸਵੈਗਤੀ ਹੈ, ਅਨੁਦੇਸ਼ਨ ਦੀ ਕਠੋਰਤਾ ਨਹੀਂ ਹੈ, ਨਾ ਹੀ ਫੀਡਬੈਕ ਹੈਗਾ, ਨਾ ਹੀ ਕੀ ਕਹਿੰਦੇ ਇਕਰੂਪਤਾ ਵਗੈਰਾ ਹੈ। ਠੀਕ ਹੈ, ਇਸ ਵਿੱਚ ਕੀ ਹੈ ਕਿ ਸਵੈਗਤੀ ਨਾਲ ਬੰਦਾ ਸਿੱਖਦਾ ਹੋਇਆ ਅਗਾਂਹ ਵੱਧਦਾ ਜਾਂਦਾ ਹੈ। 124 ਨੰਬਰ, ਲੋਕਧਾਰਾ ਨਾਲ ਸੰਬੰਧਿਤ ਪੁਸਤਕ ਐਸੇ ਇਨ ਫਲੋਕਰਿਸਟਿਜ਼ਮ, ਫਲੋਕੋਰਿਸਟਿਕਸ ਹੈ ਬਈ, ਕਿਸ ਲੇਖਕ ਦੀ ਹੈ? ਦੇਖੋ ਜੀ, ਆਹ ਜਿਹੜਾ ਨਾ ਐਲਨ ਡਡੀਜ਼ ਦੀ ਹੈ। ਐਵੇਂ ਫਾਲਤੂ ਦਾ ਕਈ ਅੰਗਰੇਜ਼ਾਂ ਦਾ ਪੁੱਛ ਲਏ, ਕਈ ਸੰਸਕ੍ਰਿਤ ਵਾਲੇ ਪੁੱਛ ਲਏ, ਇਹ ਜੇ ਫਾਲਤੂ ਕੁਸ਼ਚਾਂ ਤੋਂ ਡਰਨ ਦੀ ਲੋੜ ਨਹੀਂ ਹੈ, ਜਾਣ ਦੋ ਇਹਨੂੰ। ਜਿਨ੍ਹਾਂ ਨੇ ਪੰਗੇ ਲਿੱਤੇ ਹੈ ਉਹ ਪੰਗੇ 'ਚ ਪੈ ਗਏ ਬਈ, ਜਿਨ੍ਹਾਂ ਨੇ ਨਹੀਂ ਲਿੱਤੇ ਕੋਈ ਦਿੱਕਤ ਨਹੀਂ। ਮੈਂ ਤਾਂ ਖੁਦ ਗੂਗਲ 'ਚੋਂ ਸਰ, ਮੈਨੂੰ ਨਹੀਂ ਪਤਾ ਸੀ, ਮੈਂ ਤੁਹਾਨੂੰ ਐਵੇਂ ਕਹਿੰਦਾ ਜੀ ਮੈਨੂੰ ਤਾਂ ਆਉਂਦਾ ਸੀ ਨਹੀਂ, ਗੂਗਲ 'ਚੋਂ ਸਰਚ ਕੀਤਾ ਜਾਂ ਮਿਠਾ ਦੇਣੀ ਆ ਗਿਆ, ਅਤੇ ਉੱਥੋਂ ਹੀ ਦੇਖ ਕੇ ਮੈਂ ਲਾਇਆ, ਤਾਂ ਇਸ ਕਾਰਨ ਮੈਂ ਤੁਹਾਨੂੰ ਸਿੱਧਾ ਦੱਸਤਾ ਆਹ ਹੈ। 125 ਨੰਬਰ, ਬੋਲੀ ਪਾਉਣ ਸਮੇਂ ਅੰਤਮ ਰੂਪ ਨੂੰ ਸਮੂਹਿਕ ਰੂਪ ਵਿੱਚ ਗਾ ਕੇ ਦੁਹਰਾਇਆ ਜਾਣ ਵਾਲਾ ਜਾਂਦਾ ਹੈ, ਇਸ ਨੂੰ ਕਹਿੰਦੇ ਹੈ ਅੰਤਰਾ, ਧਾਰਨਾ, ਤੋੜਾ, ਰੂੜ ਤੁੱਕ। ਅਤੇ ਆਹ ਆਪਣੇ ਨੋਟਸ ਦੇ ਅੰਦਰ ਤੁਸੀਂ ਜਾ ਕੇ ਦੇਖ ਲਿਓ, ਬੋਲੀਆਂ 'ਚ, ਬੋਲੀਆਂ ਅਤੇ ਗਿੱਧੇ ਦੇ ਅੰਦਰ ਬੋਲੀ ਸਮਝਾਇਆ ਹੋਇਆ, ਅੰਤਮ ਜਿਹੜੀ ਤੁੱਕ ਹੈ ਉਹ ਤੋੜਾ ਹੈ। ਇਹ ਕੀ ਕਹਿੰਦੇ ਆ ਕਿ ਆਪਣਾ ਸੀਗਾ ਜਿਹੜਾ ਸਿਲੈਕਸ਼ਨ ਨੰਬਰ ਵਾਲਾ ਕੁਐਸਚਨ, ਅਜੇ ਕਈ ਕੁਐਸਚਨ ਆਪਣੇ ਆਏ ਹੈਗੇ ਹੈ, ਔਰ ਜੇ ਤੁਸੀਂ ਧਿਆਨ ਨਾਲ ਪੜ੍ਹਿਆ ਤਾਂ, ਔਰ ਜੋ ਨਹੀਂ ਮਿਲ ਰਹੇ ਤਾਂ ਦੁਬਾਰਾ ਜਾ ਕੇ ਨੋਟਸਾਂ 'ਚ ਨਿਗਾਹ ਮਾਰੋ, ਇਹ ਹੈਗਾ। ਅੱਗੇ ਹੈ ਜੀ, ਬਡੂੰਗਰਾਂ ਦੇ ਸਮਾਜਿਕ ਸਿੱਖਣ ਸਿਧਾਂਤ ਦੀ ਪ੍ਰਕਿਰਿਆ ਹੈ,
ਪ੍ਰਤੀਬਿੰਬਨ, ਪ੍ਰਤੀਗਮਨ, ਧਾਰਨਾ, ਪ੍ਰਤੱਖੀਕਰਨ। ਬੰਡੂਰਾਂ ਦੀ ਜਿਹੜੀਆਂ ਸਮਾਜਿਕ ਸਿੱਖਣ ਦੀ ਇੱਕ ਪ੍ਰਕਿਰਿਆ ਨਾ, ਜਿਹੜੀ ਸਮਾਜਿਕ ਸਿੱਖਣ ਦੀ ਜਿਹੜੀ ਪ੍ਰਕਿਰਿਆ, ਇੱਕ ਪ੍ਰਕਿਰਿਆ, ਉਹਨੇ ਸਾਰੀਆਂ ਪ੍ਰਕਿਰਿਆ ਦੇ ਰੱਖੀਆਂ, ਉਹਦੇ ਵਿੱਚ ਤੁਸੀਂ ਵੇਖ ਲਿਓ ਇਹ ਧਾਰਨਾ ਹੈਗੀ ਹੈ ਭਾਈ, ਧਾਰਨਾ ਸਹੀ ਹੈ। ਹੁਣ ਇਸ ਤੋਂ ਬਾਅਦ 127 ਨੰਬਰ, ਅਬੁਲ ਫਜ਼ਲ ਦੇ ਅਕਬਰਨਾਮੇ ਦਾ ਪੰਜਾਬੀ ਅਨੁਵਾਦ ਕਵੀ ਰਾਮ ਨੇ 1823 ਈਸਵੀ ਵਿੱਚ ਕੀਤਾ ਅਤੇ ਉਸਦਾ ਨਾਂ ਰੱਖਿਆ ਸੁਮਤ ਪ੍ਰਕਾਸ਼, ਸੁਨੀਤ ਪ੍ਰਕਾਸ਼, ਆਇਨੇ ਅਕਬਰੀ, ਇਖਲਾਕ, ਮੋਹਸਨੀਨ। ਬੋਰਡ ਦੀ ਕਿਤਾਬ 'ਚੋਂ ਆਇਆ ਦਾ, ਗਲਤ ਨਹੀਂ ਹੋਣਾ ਚਾਹੀਦਾ ਸੀ। ਹੁਣ ਇਹ ਜੇ ਕੁਐਸਚਨ ਜੇ ਗਲਤ ਹੋਇਆ ਤਾਂ ਉਨਾ ਹੀ ਤੁਸੀਂ ਥੱਲੇ ਗਏ, ਹੋਰ ਆਹੀ ਕੁਐਸਚਨ ਸਹੀ ਹੋ ਜਾਂਦੇ, ਔਰ ਜਿਹਨਾਂ 'ਤੇ ਸਹੀ ਹੋਇਆ ਉਹਨਾਂ ਦਾ ਨੰਬਰ ਆਊਗਾ, ਜਿਹਨਾਂ ਸਹੀ ਹੋਇਆ। ਸੁਮਤ ਪ੍ਰਕਾਸ਼ ਬੋਰਡ ਦੀ ਕਿਤਾਬ 'ਚੋਂ ਆਇਆ ਹੋਇਆ ਕੁਐਸਚਨ। ਹੁਣ 128 ਨੰਬਰ, ਭਾਸ਼ਾ ਚਿੰਨ੍ਹਕਾਰੀ ਸਿਸਟਮ ਹੈ, ਭਾਸ਼ਾ ਸਿਸਟਮਾਂ ਦਾ ਸਿਸਟਮ ਹੈ, ਭਾਸ਼ਾ ਚਿੰਨ੍ਹ ਦੀ ਪ੍ਰਣਾਲੀ ਹੈ, ਭਾਸ਼ਾ ਸੰਬੰਧਾਂ ਦੀ ਵਿਵਸਥਾ ਹੈ। ਇੱਧਰਲੇ ਪਾਸੇ ਹੈ ਹੈਲੀਡੇ, ਬਾਰਬਰ, ਸੋਸੂਅਰ, ਚੋਮਸਕੀ। ਬਹੁਤ ਹੀ ਹਾਈ ਫਾਈ ਕੁਐਸਚਨ ਪੁੱਛ ਲਿਆ ਸਿੱਧਾ ਚੱਕ ਕੇ ਭਾਈ, ਮੇਰੇ ਹਿਸਾਬ ਨਾਲ ਵਿਚਾਰਿਆਂ ਨੇ, ਕਈਆਂ ਨੇ ਚੋਮਸਕੀ ਲਾਤਾ ਹੋਣਾ ਜਾਂ ਸੋਸੂਅਰ ਲਾਤਾ ਹੋਣਾ, ਬਾਰਬਰ ਇਹਦਾ ਇਹਦਾ ਜਿਹੜਾ ਹੈ ਪਹਿਲੇ ਦਾ ਦੂਜਾ, ਪਹਿਲੇ ਦਾ ਦੂਜਾ ਇਹ ਸੀ ਐਲ ਬਾਰਬਰ। ਭਾਸ਼ਾ ਚਿੰਨ੍ਹਕਾਰੀ ਸਿਸਟਮ ਹੈ, ਸੀ ਐਲ ਬਾਰਬਰ, ਆਹ ਸਹੀ ਹੈ ਭਾਈ, ਪ੍ਰੇਮ ਪ੍ਰਕਾਸ਼ ਦੀ ਕਿਤਾਬ 'ਚ ਚੁੱਕਿਆ ਹੋਇਆ ਕੁਐਸਚਨ। ਬੜੇ ਕੁਐਸਚਨ ਚੱਕੇ ਆ ਭਾਈ ਭਾਸ਼ਾ ਵਿਗਿਆਨ, ਕੋਈ ਭਾਸ਼ਾ ਵਿਗਿਆਨੀ ਆ ਗਿਆ ਵਿਚਾਰਾ, ਜਿਹਨੇ ਇੱਕ ਹੀ ਕਿਤਾਬ ਢੰਗ ਨਾਲ ਪੜ੍ਹੀ ਹੋਈ ਸੀ ਨਾ, ਭਾਸ਼ਾ ਵਿਗਿਆਨ ਹਰਕੀਰਤ ਸਿੰਘ ਵਾਲੀ ਔਰ ਪ੍ਰੇਮ ਪ੍ਰਕਾਸ਼ ਵਾਲੀ, ਜਾਂ ਫਿਰ ਆਪਣੇ ਆਪਣੇ ਸੰਪਰਕ 'ਚ ਆਪਣੇ ਗਾਈਡ 'ਚ ਕਰ ਰਿਹਾ ਸੀਗਾ, ਉਹਨੂੰ ਕੋਈ ਦਿੱਕਤ ਨਹੀਂ ਆਈ ਹੋਣੀ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਰਚਿਤ ਆਲੋਚਨਾ ਪੁਸਤਕ ਹੈ, ਸਿੰਪਲ ਕੁਐਸਚਨ, ਕੋਈ 19-21 ਵਾਲੀ ਗੱਲ ਨਹੀਂ, ਸਿੱਧਾ ਸਟਾਕ ਜਵਾਕਾਂ ਨੇ ਲਾਤਾ ਹੋਣਾ, ਠਾ ਦੇਣੀ ਸਮੀਖਿਆ ਪੜਨ ਵਾਲੀ, ਕੋਈ ਇਹਦੇ ਦਿੱਕਤ ਵਾਲੀ ਗੱਲ ਨਹੀਂ ਸੀ। ਸਮਦਰਸ਼ਨ ਹੈ ਜਿਹੜਾ ਉਹ ਅਤਰ ਸਿੰਘ ਦੀ ਪੁਸਤਕ ਹੈ, ਸਿੱਖਿਆ ਪ੍ਰਣਾਲੀ ਸੰਤ ਸਿੰਘ ਸੇਖੋਂ ਦੀ ਹੈ, ਔਰ ਖਾਮੋਸ਼ੀ ਦਾ ਜਜ਼ੀਰਾ ਹਰਭਜਨ ਸਿੰਘ ਦੀ ਹੈ। ਇਹਦਾ ਸਾਰੀਆਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਸੀ। 129 ਦਾ ਦੋ, ਅੱਗੇ 130 ਨੰਬਰ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਰਚਿਤ ਨਾਵਲ ਹੈ, ਲਹੂ ਮਿੱਟੀ ਭਗੋੜਾ, ਵਾਰਸ ਕਲਾਕਾਰ, ਲਹੂ ਮਿੱਟੀ ਦਾ ਪ੍ਰਸਿੱਧ ਨਾਵਲ ਹੈ ਭਾਈ ਸੰਤ ਸਿੰਘ ਸੇਖੋਂ ਦਾ। ਅਤੇ ਆਹ ਕੁਐਸਚਨ ਹੈ, ਇਹ ਜਿਹੇ ਕੁਐਸਚਨ ਬਥੇਰੇ ਆਏ ਦੇ ਹੈ, ਇਸੀ ਕਾਰਨ ਪਾਏ ਸੀ 40 ਟੁੱਟ ਜੇ ਜਵਾਕਾਂ ਦੀ। ਔਰ ਐਵੇਂ ਨਾ ਸੋਚੋ ਬਈ 40% ਵੀ ਨਹੀਂ ਬਣਨ ਲੱਗੇ ਲੋਕਾਂ ਦੇ, ਹਾਂ ਲੋਕਾਂ ਦੇ 40% ਬਣਨਗੇ, 15 ਤਾਂ ਜਵਾਕ ਚਾਹੀਦੇ ਆ ਸਾਰੇ, 15 ਜਵਾਕਾਂ ਦੇ 40% ਬਣ ਜਾਣਗੇ। 40% ਦੀ ਜਿਹੜੀ ਪ੍ਰਕਿਰਿਆ ਬਣਾਈ ਹੈ ਉਹ ਬਹੁਤ ਵਧੀਆ ਪ੍ਰਕਿਰਿਆ ਬਣਾਈ ਹੈ ਸਰਕਾਰ ਨੇ, ਉਹ ਇਸ ਕਾਰਨ ਬਣਾਈ ਹੈ ਕਿਉਂਕਿ ਪਹਿਲਾਂ ਕੀ ਹੋਇਆ ਕਰਦਾ ਸੀ ਕਿ ਕੋਈ ਜਵਾਕ ਹੈ ਜਿਹੜਾ 20% ਲਿਆਉਂਦਾ ਸੀ, 10% ਲਿਆਉਂਦਾ ਸੀ, 15 ਨੰਬਰ ਵੀ ਲੈ ਆਉਂਦਾ ਸੀਗਾ, ਅਤੇ ਉਹਦਾ ਕੀ ਹੋਇਆ ਕਰਦਾ ਸੀ ਕਿ ਸਿਲੈਕਸ਼ਨ ਹੋ ਜਾਇਆ ਕਰਦਾ ਸੀ। ਹੁਣ ਐਵੇਂ ਨਹੀਂ ਹੋਏਗਾ ਭਾਈ, ਇਸ ਦੇ ਨਾਲ ਕੀ ਹੋਵੇਗਾ ਕਿ 40% ਤੋਂ ਅਗਰ ਥੱਲੇ ਹੈ, ਅਗਰ ਉਸਦਾ ਹੋਰੀਜ਼ੋਂਟਲ ਆਰਕਸ਼ਣ ਹੈਗਾ ਤਾਂ ਉਹ ਲੈਪਸ ਹੋ ਜਾਊਗਾ, ਉਹਦੀ ਥਾਂ ਦੂਜਾ ਬੰਦਾ ਲੱਗੂਗਾ। ਅਤੇ ਇਸ ਨਾਲ ਕੀ ਹੋਇਆ ਕਿ ਫਾਇਦਾ ਹੋਇਆ 40% ਨਾਲ, ਐਵੇਂ ਨਾ ਸੋਚੋ ਕਿ ਘਾਟਾ ਹੋ ਗਿਆ, 40% ਨਾਲ ਆਪਾਂ ਨੂੰ ਫਾਇਦਾ ਹੋਇਆ, 40% ਤੋਂ ਥੱਲੇ ਅਗਰ ਕੋਈ ਬੰਦਾ ਆਉਂਦਾ, ਜਿਵੇਂ ਫੌਜੀਆਂ ਦਾ 10% ਆਰਕਸ਼ਣ ਹੁੰਦਾ ਹੈ ਭਾਈ, ਅਤੇ ਉਹ ਕੀ ਕਹਿੰਦੇ ਆ 40% ਤੋਂ ਅਗਰ ਥੱਲੇ ਜਾਂਦੇ ਹੈ ਤਾਂ ਉਹਨਾਂ ਦਾ ਕੀ ਕਹਿੰਦੇ ਆ ਕਿ ਉਹਦੀ ਜਗ੍ਹਾ ਉਸ ਕੈਟੇਗਰੀ ਦਾ ਦੂਜਾ ਹੋਊਗਾ। ਆਰਕਸ਼ਣ ਦੇ ਬਾਰੇ ਮੈਂ ਵੀਡੀਓ ਤੋਂ ਬਣਾ ਦੂੰਗਾ ਅੱਡ ਤੋਂ ਬਾਈ, ਇੱਕ ਵਰਟੀਕਲ ਹੁੰਦਾ, ਹੋਰੀਜ਼ੋਂਟਲ ਹੁੰਦਾ, ਜਿਹੜਾ ਆਰਕਸ਼ਣ ਫੌਜੀਆਂ ਵਗੈਰਾ ਨੂੰ ਮਿਲਦਾ, ਵਿਧਵਾ ਪ੍ਰਤੀਕਤਾ ਜਾਂ ਹੋਰ ਕਿਸੇ ਨੂੰ ਮਿਲਦਾ, ਉਹ ਆਰਕਸ਼ਣ 'ਤੇ ਅਗਰ ਉਹ ਬੰਦਾ ਨਹੀਂ ਆਉਂਦਾ ਤਾਂ ਦੂਜਾ ਰੱਖ ਲੈਂਦੇ ਆ, ਪਰੰਤੂ ਜਿਹੜਾ ਦੂਜਾ ਆਰਕਸ਼ਣ ਹੁੰਦਾ SC ST OBC, ਅਗਰ ਉਹ ਬੰਦਾ ਨਹੀਂ ਆਉਂਦਾ ਤਾਂ ਉਸ ਦੀ ਥਾਂ ਉਸੀ ਕੈਟੇਗਰੀ ਦਾ ਬੰਦਾ ਹੈ ਰੱਖਿਆ ਜਾਂਦਾ ਹੈ।
ਉਹ ਸੀਟ ਖਾਲੀ ਰਹਿੰਦੀ ਹੈ। ਬੈਕਲੋਗ ਦੋਨਾਂ ਚੀਜ਼ਾਂ 'ਚ ਮਿਲੂਗਾ, ਬੈਕਲੋਗ ਮਿਲੂਗਾ, ਪਰੰਤੂ ਕੀ ਕਹਿੰਦੀ ਹੈ ਆਹ ਕੀ ਸੀਟ ਖਾਲੀ ਜਾਊਗੀ ਐਸ ਸੀ ਐਸ ਟੀ ਦੀ, ਔਰ ਜਿਹੜੀ ਦੂਜਾ ਆਰਕਸ਼ਣ ਹੈਗਾ ਜਿਹੜਾ ਫੌਜੀ ਐਕਸ ਸਰਵਿਸਮੈਨ ਵਗੈਰਾ ਉਸ ਕੈਟੇਗਰੀ ਦਾ ਹੈਗਾ, ਅਤੇ ਉਸ ਦੇ ਵਿੱਚ ਕੀ ਹੁੰਦਾ ਕਿ ਉਹਦੀ ਥਾਂ ਬੰਦਾ ਰੱਖ ਲੈਂਦੇ ਆ, ਪਰੰਤੂ ਅਗਲੀ ਵਾਰ ਕੀ ਕਹਿੰਦੇ ਆ ਕਿ ਉਹਨੂੰ ਬੈਕਲੋਗ ਹੁੰਦਾ ਰਹਿੰਦਾ ਹੈਗਾ। ਤਾਂ ਇਹ ਚੀਜ਼ਾਂ, ਇਹ ਤਾਂ ਇੱਕ ਵੱਖਰੀ ਗੱਲ ਹੈ ਭਾਈ, ਵੈਸੇ ਹੀ ਦੱਸਤਾ ਕਿਉਂਕਿ ਕਈ ਲੋਕਾਂ ਦੇ ਮਨ 'ਚ ਖਿਆਲ ਆਉਂਦਾ 40% ਇਹ ਕਰਤਾ ਵੋ ਕਰਤਾ, ਜੋ ਚੀਜ਼ ਕੀਤੀ ਜਾਂਦੀ ਹੈ ਵਧੀਆ ਕੀਤੀ ਜਾਂਦੀ ਹੈ ਔਰ ਵਧੀਆ ਹੋਇਆ। ਲਹੂ ਮਿੱਟੀ ਹੈ ਭਾਈ 130 ਦਾ ਇੱਕ, 131 ਹੀਰ ਰਾਂਝੇ ਦੀ ਪ੍ਰੀਤ ਕਥਾ ਦਾ ਮੂਲ ਆਧਾਰ ਯੂਨਾਨੀ ਹੀਰੋ ਲਿਆਂਡਰ ਬਾਰੇ ਸੰਭਾਵਨਾ ਪ੍ਰਗਟਾਉਣ ਵਾਲਾ ਸਾਹਿਤ ਦਾ ਇਤਿਹਾਸਕਾਰ ਹੈ। ਇਸ ਕੁਐਸਚਨ ਬਾਰੇ ਮੇਰੀ ਕੋਈ ਰਾਏ ਨਹੀਂ ਹੈ ਭਾਈ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ 133 ਨੰਬਰ, ਅਕਾਰਨ ਨਾਸਕਤਾ ਦੀ ਭਰਮਾਰ ਹੈ ਮਲਵਈ 'ਚ, ਮਾਝੀ 'ਚ, ਦੁਆਬੀ 'ਚ, ਡੋਗਰੀ 'ਚ। ਇਹ ਕਾਰਨ ਨਾਸਕਤਾ ਮਲਵਈ ਵਾਲਾ ਵੀਡੀਓ ਵੇਖ ਲਿਓ, ਬਾਹਰਲੇ ਪਾਸੇ ਯੂਟਿਊਬ ਦੇ ਉੱਤੇ ਪਿਆ ਹੋਇਆ, ਨੋਟਸ ਵੇਖ ਲਿਓ, ਸਪਸ਼ਟ ਲਿਖਿਆ ਹੈ ਇਹ ਕਾਰਨ ਨਾਸਕਤਾ ਦੀ ਭਰਮਾਰ ਮਲਵਈ, ਮਲਵਈ ਭਾਸ਼ਾ 'ਚ ਬਰਸਾਤ, ਉਦਾਹਰਣ ਵੀ ਦੇ ਕੇ ਸਮਝਾਇਆ ਹੋਇਆ ਬਹੁਤ ਚੰਗੀ ਤਰ੍ਹਾਂ। ਇਹ ਕੀ ਹੈ, ਇਹ ਮਲਵਈ ਸਹੀ ਹੈ ਭਾਈ। ਹੁਣ ਉਸ ਤੋਂ ਬਾਅਦ ਗੱਲ ਕਰਦੇ 135, ਨਜਾਬਤ ਰਚਿਤ ਨਾਦਰ ਸ਼ਾਹ ਦੀ ਵਾਰ ਵਿੱਚ ਕਿਹੜੇ ਪੁਰਾਣਿਕ ਪਾਤਰਾਂ ਨੂੰ ਲੜਾਈ ਦੀ ਉਕਸਾਹਟ ਦਾ ਕਾਰਨ ਬਣਾਇਆ ਗਿਆ ਹੈ? ਅਜਾਮਲ ਅਤੇ ਇਸਮਾਇਲ, ਜਬਰਾਇਲ ਅਤੇ ਮਿਕਾਇਲ, ਕਲ ਅਤੇ ਨਾਰਦ, ਅਤੇ ਮੰਥਰਾ ਅਤੇ ਯਮਦੂਤ। ਤੁਸੀਂ ਵੇਖ ਲਿਓ ਬਾਈ, ਨਜਾਬਤ ਨਾਦਰ ਸ਼ਾਹ ਦੀ ਵਾਰ ਦੀ ਸਾਰੀ ਕਹਾਣੀ ਦੱਸੀ ਹੋਈ ਹੈ, ਇੱਕ ਇੱਕ ਪੌੜੀ ਨੇ ਦੱਸਿਆ ਹੋਇਆ। ਕੱਲ੍ਹ ਅਤੇ ਨਾਰਦ ਵਿੱਚ ਕੱਲ੍ਹ ਕਿਹਨੂੰ ਪੜਾਉਂਦਾ ਹੈ, ਨਾਰਦ ਕਿਸ ਨੂੰ ਭੜਕਾਉਂਦਾ, ਕੱਲ੍ਹ ਕਿਸ ਨੂੰ ਭੜਕਾਉਂਦਾ, ਨਾਰਦ ਕਿਸ ਨੂੰ ਭੜਕਾਉਂਦਾ, ਇਹ ਵੀ ਧਿਆਨ ਰੱਖਣਾ, ਇਹ ਵੀ ਪੁੱਛਿਆ ਜਾ ਸਕਦਾ। ਕੱਲ੍ਹ ਤਾਂ ਨਾਰਦ ਸੀਗਾ, ਸਿੱਧਾ ਕੁਐਸਚਨ ਆਪਣੇ ਨੋਟ 'ਚੋਂ ਆਇਆ ਹੋਇਆ ਸੀ, ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਭਾਈ। ਹੁਣ ਕੀ ਹੈ ਕਿ ਅਗਲਾ ਕੁਐਸਚਨ ਭਾਈ, ਨਿੱਕੀ ਕਹਾਣੀ ਸਧਾਰਨ ਮਨੁੱਖ ਨੂੰ ਉਸਦੀ ਸਧਾਰਨਤਾ ਵਿੱਚ ਪੇਸ਼ ਕਰਨ ਦਾ ਲੋਚਾ ਅਤੇ ਉਪਜੀ ਹੈ। ਨਿੱਕੀ ਕਹਾਣੀ ਸਧਾਰਨ ਮਨੁੱਖ ਨੂੰ ਉਸਦੀ ਸਧਾਰਨਤਾ ਵਿੱਚ ਪੇਸ਼ ਕਰਨ ਦੀ ਲੋਚਾ ਤੋਂ ਉਪਜੀ ਹੈ। ਇੱਥੋਂ ਭਾਈ ਥੋੜ੍ਹਾ ਛੋਟਾ ਅੱਖਰ ਦਿਖਦਾ, ਪੜ੍ਹਨ 'ਚ ਦਿੱਕਤ ਹੁੰਦਾ ਤਾਂ ਐਵੇਂ ਥੋੜ੍ਹਾ ਹੋ ਜਾਂਦਾ, ਉਵੇਂ ਕੋਈ ਦਿੱਕਤ ਨਹੀਂ ਹੈ, ਇੱਕ ਸਕਰੀਨ ਤੋਂ ਪੜ੍ਹਨਾ ਛੋਟੀ ਜਿਹੀ ਮੋਬਾਈਲ ਦੇ ਕਾਰਨ, ਆਹ ਥੋੜ੍ਹਾ ਧਿਆਨ ਰੱਖਿਓ ਇਸ ਕਾਰਨ ਹੈ ਥੋੜ੍ਹਾ, ਹੋਰ ਕੋਈ ਦਿੱਕਤ ਨਹੀਂ ਹੈ ਕਿਉਂਕਿ ਕੁਛ ਬਹੁਤ ਛੋਟਾ ਆ ਰਿਹਾ। ਇਹ ਜਿਹੜੀ ਗੱਲ ਹੈ ਬਈ 137 ਨੰਬਰ ਕੁਐਸਚਨ ਬਾਈ, ਨਿੱਕੀ ਕਹਾਣੀ ਵੀ ਸਧਾਰਨ ਮਨੁੱਖ ਨੂੰ ਉਸਦੀ ਸਧਾਰਨਤਾ ਵਿੱਚ ਪੇਸ਼ ਕਰਨ ਦੀ ਲੋਚਾ ਤੋਂ ਉਪਜੀ ਹੈ, ਇਹ ਗੱਲ ਕਿਹਨੇ ਕਹੀ ਹੈ? ਇਹ ਸੰਤ ਸਿੰਘ ਸੇਖੋਂ ਨੇ ਕਹੀ ਹੈ ਬਈ। ਇਹ ਕਿਹਨੇ ਕਹੀ? ਸੰਤ ਸਿੰਘ ਸੇਖੋਂ। ਅਗਰ ਨਹੀਂ ਆਉਂਦੀ ਸੀ ਤਾਂ ਵੀ ਕੋਈ ਦਿੱਕਤ ਨਹੀਂ। 138 ਨੰਬਰ, ਹੇਠ ਲਿਖੇ ਵਿੱਚੋਂ ਕਿਸ ਲੋਕ ਨਾਟ ਦਾ ਨਾਮਕਰਨ ਇੱਕ ਸਹਿਜਾਦੀ ਪ੍ਰੇਮ ਗਾਥਾ ਦੇ ਗੀਤ ਨਾਟ 'ਤੇ ਹੋਇਆ? ਨੋਟੰਕੀ ਬਈ, ਨੋਟੰਕੀ ਨਾਮ ਦੀ ਸਹਿਜਾਦੀ ਸੀਗੀ, ਉਹਦੇ ਨਾਂ 'ਤੇ ਕੀਤਾ ਨੋਟੰਕੀ। 139, ਇਹਨਾਂ ਵਿੱਚੋਂ ਕਿਹੜੀ ਪੁਸਤਕ ਮਨਮੋਹਨ ਬਾਬਾ ਦਾ ਸਫ਼ਰਨਾਮਾ ਨਹੀਂ ਹੈ? ਮਨਮੋਹਨ ਬਾਬਾ ਦੇ ਅੰਦਰ ਜਾ ਕੇ ਵੇਖ ਲਿਓ, ਸਾਰਾ ਮਿਲ ਜੂਗਾ। ਜੰਗਲ ਜੰਗਲ, ਪਰਬਤ ਪਰਬਤ, ਸਫ਼ਰਨਾਮਾ ਹੈ, ਆਓ ਚਲੀਏ ਬਰਫ਼ਾਂ ਦੇ ਪਾਰ, ਸਫ਼ਰਨਾਮਾ ਹੈ, ਅਣ ਡਿੱਠੇ ਅਤੇ ਉੱਚੇ ਪਰਬਤ, ਸਫ਼ਰਨਾਮਾ ਹੈ। ਅਫਗਾਨਿਸਤਾਨ ਦੀ ਉਰਮੁਲਾ, ਅਫਗਾਨਿਸਤਾਨ ਦੀ ਉਰਸੁਲਾ ਨਾਵਲ ਹੈ, ਨਾਵਲ ਹੈ ਮਨਮੋਹਨ ਬਾਬਾ ਦਾ, ਪਰ ਇਹ ਨਾਵਲ ਹੈ। ਵੇਖ ਲਓ ਬਈ, ਆਪਣੇ ਨੋਟ 'ਚ ਲਿਖਿਆ ਪਿਆ, ਨੋਟ 'ਚ ਲਿਖਿਆ ਹੋਇਆ ਇਹ। ਚਾਰ, ਇਹਦਾ ਚਾਰ ਨੰਬਰ ਬਈ 139 ਦਾ ਸਹੀ ਹੈ। ਆਓ ਹੁਣ ਗਾਂਹ ਨੂੰ ਚਲਦੇ ਹਾਂ।
ਲਓ ਜੀ ਆ ਗਿਆ ਲੱਗ ਗਏ ਨੇੜੇ 140 ਨੰਬਰ ਕਿਹੜਾ ਵਿਦਵਾਨ ਲੋਕਿਆਂ ਨੂੰ ਸੱਭਿਆਚਾਰ ਦਾ ਸ਼ੀਸ਼ਾ ਕਹਿੰਦਾ ਹੈ ਨਹੀਂ ਜੀ ਨਹੀਂ ਇੱਕ ਤੋਂ 141 ਨੰਬਰ ਜਿਹੜੇ ਕੁਐਸਚਨ ਛੱਡੇ ਹੈ ਕੋਈ ਵੀ ਕੁਐਸਚਨ ਹੈ ਭਾਈ ਉਹਨਾਂ ਬਾਰੇ ਮੈਂ ਆਸਵਸਤ ਨਹੀਂ ਸੀਗਾ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਗਲਤ ਮੈਂ ਉੱਤਰ ਦੇਵਾਂ ਜਿਵੇਂ ਮੈਂ ਆਸਵਸਤ ਹੋ ਜੂੰਗਾ ਉਵੇਂ ਬਹੁਤ ਘੱਟ ਕੋਈ ਬਹੁਤ ਜ਼ਿਆਦਾ ਕੁਐਸਚਨਾਂ ਦੇ ਆਨਸਰ ਮੈਂ ਦਿੱਤੇ ਹੈ ਔਰ ਮੁਸ਼ਕਿਲ ਨਾਲ ਬਹੁਤ ਥੋੜ੍ਹੇ ਕੁਐਸਚਨ ਹੈ ਜੋ ਮੇਰਾ ਜਿੱਥੇ ਤੱਕ ਅੰਦਾਜ਼ਾ ਹੈ ਕੋਈ 10-15 ਕੁਐਸਚਨ ਰਹਿੰਦੇ ਹੋਣੇ ਆ ਉਹਨਾਂ ਦੀ ਵੀ ਆਨਸਰ ਕੀ ਮੈਂ ਜਾਰੀ ਕਰ ਦੂੰਗਾ ਭਾਈ ਤੁਸੀਂ ਨਾ ਚਿੰਤਾ ਕਰਿਓ ਪਰ ਇੱਕ ਵਾਰ ਇਹ 10-15-20 ਕੁਐਸਚਨ ਆ ਜਿਹੜੇ ਉਹਨਾਂ ਨਾਲ ਫਰਕ ਨਹੀਂ ਪੈ ਰਿਹਾ ਮੈਂ ਕਹਿੰਦਾ 50 ਕੁਐਸਚਨ ਨਾਲ ਵੀ ਫਰਕ ਨਹੀਂ ਪੈ ਰਿਹਾ 80 ਕੁਐਸਚਨ ਜਿਹਦੇ ਬਣ ਰਹੇ ਆ ਬੱਲੇ ਬੱਲੇ ਹੋਈ ਪਈ ਹੈ ਅਜੇ ਤੱਕ ਕੋਈ ਬੋਲੀ ਲਾ ਨਹੀਂ ਰਿਹਾ ਬਹੁਤ ਘੱਟ ਬੰਦੇ ਹੈ ਐਗਜ਼ਿਟ ਪੋਲ ਕਰਾਵਾਂਗੇ ਸਾਰਾ ਕੁਝ ਸਾਹਮਣੇ ਆ ਜਾਏਗਾ ਬਈ ਲਓ ਜੀ 141 ਨੰਬਰ ਕੋਈ ਤੁੰਬਦੀ ਹੈ ਕੋਈ ਪਹਿਨਦੀ ਹੈ ਕੋਈ ਛੱਡਦੀ ਹੈ ਕੋਈ ਸਿਉਂਦੀ ਹੈ ਕੋਈ ਪਰੋਂਦੀ ਹੈ ਕੋਈ ਵੇਲ ਬੂਟੇ ਕੱਢਦੀ ਹੈ ਜਦ ਰਾਤ ਚਾਨਣੀ ਖਿੜਦੀ ਹੈ ਕੋਈ ਰਾਹ ਗਿਲਾਹੀ ਛਿੜਦੀ ਹੈ ਗਿੱਧੇ ਨੂੰ ਲੋੜਾ ਆਉਂਦਾ ਹੈ ਜੋ ਬੰਤੇ ਬਿਰਹਾ ਛੱਡਦਾ ਹੈ ਧਨੀ ਰਾਮ ਚਾਤਰਕ ਦੀ ਬਾ ਕਮਾਲ ਧਨੀ ਰਾਮ ਚਾਤਰਕ ਦੀ ਹੈ ਬਾਈ ਵੈਸੇ ਇਹ ਬਹੁਤ ਜਗ੍ਹਾ ਆਇਆ ਹੋਇਆ ਹੈ ਬੋਲੀਆਂ ਦੇ ਵਿੱਚ ਵੀ ਗਾਇਆ ਜਾਂਦਾ ਹੈ ਵੈਸੇ ਨਹੀਂ ਪਤਾ ਹੋਊਗਾ ਤੁਹਾਨੂੰ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਗਾਂ ਚੱਲਦੇ ਹੈ 142 ਨੰਬਰ ਭਾਸ਼ਾ ਨੂੰ ਇੱਕ ਸਮਾਜਿਕ ਵਰਤਾਰਾ ਮੰਨਦਿਆਂ ਭਾਸ਼ਾ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਸਮਾਜਿਕ ਵਿਹਾਰਕਤਾ ਨਾਲ ਜੋੜਨ ਵਾਲਾ ਵਿਗਿਆਨੀ ਹੈ ਬਲੂਮਫੀਲਡ ਅਤੇ ਚੋਮਸਕੀ ਹਰਜੀਤ ਗਿੱਲ ਅਤੇ ਬਲੂਮਫੀਲਡ ਸੋਸੂਅਰ ਅਤੇ ਬਲੂਮਫੀਲਡ ਜਾਨ ਲਾਈਨਜ਼ ਅਤੇ ਬਲੂਮਫੀਲਡ ਦੇਖੋ ਇਸ 'ਚੋਂ ਸੋਸੂਅਰ ਲੱਗਦਾ ਬਈ ਮੈਨੂੰ ਸੋਸੂਅਰ ਹੋਣਾ ਚਾਹੀਦਾ ਕਿਉਂਕਿ ਸੋਸੂਅਰ ਬਾਰੇ ਆਪਾਂ ਸਮਾਜਿਕ ਵਰਤਾਰਾ ਉਹਦੇ ਵਿੱਚ ਲਿਖਿਆ ਹੈ ਪ੍ਰੇਮ ਪ੍ਰਕਾਸ਼ ਦੀ ਕਿਤਾਬ ਹੈ ਉਸ 'ਚ ਵੀ ਦੇਖ ਲਿਓ 4 ਨੰਬਰ 'ਤੇ ਆਪਣੇ ਜਿਹੜੇ ਨੋਟਸ ਹੈ ਉਸ 'ਤੇ ਵੀ ਦੇਖਿਓ 4 ਨੰਬਰ 'ਤੇ ਸਮਾਜਿਕ ਵਰਤਾਰਾ ਕਰ ਰੱਖਿਆ ਉਸ ਹਿਸਾਬ ਨਾਲ ਮੈਂ ਕਹਿ ਰਿਹਾ ਕਿ ਸੋਸੂਅਰ ਅਤੇ ਬਲੂਮਫੀਲਡ ਹੋਣਾ ਚਾਹੀਦਾ ਵੈਸੇ ਅਗਰ ਜੋਨਾਥਨ ਕੂਲਰ ਆ ਜਾਂਦਾ ਨਾ ਇੱਥੇ ਜੋਨਾਥਨ ਕੂਲਰ ਆ ਜਾਂਦਾ ਵੈਸੇ ਦੇਣਾ ਤੁਹਾਨੂੰ ਆਪਸ਼ਨ 'ਚ ਸੋਸੂਅਰ ਦੇ ਨਾਲ ਜੋਨਾਥਨ ਕੂਲਰ ਦੇਣਾ ਚਾਹੀਦਾ ਸੀਗਾ ਕਿਉਂਕਿ ਜੋਨਾਥਨ ਕੂਲਰ ਹੈ ਉਸਨੇ ਪਹਿਲਾਂ ਇਹ ਰੱਖਿਆ ਫਿਰ ਉਸ ਤੋਂ ਬਾਅਦ ਸੋਸੂਅਰ ਵਗੈਰਾ ਐਵੇਂ ਗੱਲ ਬਣਦੀ ਸੀ ਪਰੰਤੂ ਕੋਈ ਦਿੱਕਤ ਨਹੀਂ ਬਣਦੇ ਜਵਾਬ 'ਚੋਂ ਤੀਜਾ ਆਪਣਾ ਬਣੇਗਾ ਭਾਈ ਹੁਣ ਅੱਗੇ 143 ਇੱਕ ਕਾਲਕੀ ਕਿਰਿਆ ਵਾਕਾਂਸ਼ ਵਿਚਰਦਾ ਹੈ ਸਧਾਰਨ ਵਾਕ 'ਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ 143 ਦਾ 4 ਸਧਾਰਨ ਵਾਕ ਅੱਗੇ 144 ਨੰਬਰ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਰਚਿਤ ਦਸਮ ਗ੍ਰੰਥ ਦੀ ਆਰੰਭਕ ਰਚਨਾ ਹੈ ਅਕਾਲ ਉਸਤਤ 75 ਨਾਟਕ ਜਾਪ ਸਾਹਿਬ ਖਾਲਸਾ ਮਹਿਮਾ ਦੇਖੋ ਦਸਮ ਗ੍ਰੰਥ ਦੀ ਜਿਹੜੀ ਪਹਿਲੀ ਰਚਨਾ ਹੈ ਜਾਪ ਸਾਹਿਬ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਆਪਾਂ ਕਰਾਇਆ ਹੋਇਆ ਗੁਰੂ ਗੋਬਿੰਦ ਸਿੰਘ ਦਾ ਦਸਮ ਗ੍ਰੰਥ ਕਰਾਇਆ ਦਸਮ ਗ੍ਰੰਥ ਵਿੱਚ ਕਿਹੜੀਆਂ ਬਾਣੀਆਂ ਤੁਸੀਂ ਵੇਖ ਲਿਓ ਪਹਿਲੇ ਨੰਬਰ 'ਤੇ ਜਿਹੜੀ ਬਾਣੀ ਲਈ ਹੈ ਨਾ ਜਾਪ ਸਾਹਿਬ ਲਾਈ ਹੋਈ ਹੈ ਪਹਿਲੇ ਨੰਬਰ 'ਤੇ ਜਾਪ ਸਾਹਿਬ ਲਾਈ ਹੋਈ ਆ ਉਹੀ ਇਹਨੇ ਪੁੱਛਿਆ ਕੋਈ ਕਿੰਤੂ ਪਰੰਤੂ ਨਹੀਂ ਸਿੱਧਾ ਸਪਾਟਕ ਸਿੱਧਾ ਪ੍ਰਸ਼ਨ ਆਇਆ ਲਓ ਜੀ ਹੁਣ ਵਰਤਦੇ ਹਾਂ ਅੱਗੇ ਨਿੱਕੀ ਕਹਾਣੀ ਦਾ ਅਸਲ ਮੋਢੀ ਮੋਹਨ ਸਿੰਘ ਵੇਦ ਨੂੰ ਹੀ ਮੰਨਣਾ ਪਵੇਗਾ ਨੋਟਸ ਦੇ ਅੰਦਰ ਵੇਖ ਲਿਓ ਬਾਈ ਆ ਤੁਹਾਨੂੰ ਕੁਐਸਚਨ ਮਿਲ ਜਾਏਗਾ ਡਾਕਟਰ ਅੱਤਰ ਸਿੰਘ ਤੁਸੀਂ ਭਾਵੇਂ ਕਿਤਾਬ ਅੰਦਰ ਦੇਖ ਲਿਓ ਭਾਵੇਂ ਆਪਣੇ ਨੋਟਸ ਦੇ ਅੰਦਰ ਵੇਖ ਲਿਓ ਕਾਫੀ ਕੁਐਸਚਨ ਆਏ ਹੈ ਡਾਕਟਰ ਅੱਤਰ ਸਿੰਘ ਦੇ ਨਾਮ ਦੇ ਅੱਗੇ ਆ ਲਿਖਿਆ ਹੋਈ ਹੈ ਕਿ ਮੋਹਨ ਸਿੰਘ ਕਿੰਨੇ ਮੋਹਨ ਸਿੰਘ ਵੇਦ ਨੂੰ ਮੰਨਿਆ ਕਿੰਨੇ ਕਿਹਨੂੰ ਮੰਨਿਆ ਕਿਹਨੂੰ ਕਿਉਂ ਹਰ ਇੱਕ ਦੀ ਗੱਲ ਮੈਂ ਇਸੇ ਕਾਰਨ ਕੀਤੀ ਸੀਗੀ ਕਿਉਂਕਿ ਇਹ ਜਿਹੇ ਕੁਐਸਚਨ ਆਉਂਦੇ ਰਹਿੰਦੇ ਆ ਭਾਈ ਔਰ ਆ ਗਏ ਅਤੇ ਆਪਾਂ ਨੂੰ ਕੋਈ ਦਿੱਕਤ ਇਹਦੇ ਵਿੱਚ ਨਹੀਂ ਆਉਣੀ ਚਾਹੀਦੀ ਮੇਰੇ ਹਿਸਾਬ ਨਾਲ 145 ਦਾ ਜੋ ਹੈ 3 ਨੰਬਰ ਅੱਤਰ ਸਿੰਘ ਬਣਦਾ ਹੈ ਹੁਣ ਗੱਲ ਕਰਦੇ ਆਪਾਂ 146 ਨੰਬਰ ਸੰਬੋਧਨੀ ਸੰਰਚਨਾ ਦੇ ਪੱਖ ਤੋਂ ਕੀਰਨਾ ਕਿਸ ਪ੍ਰਕਾਰ ਦਾ ਰੂਪਾਕਾਰ ਹੈ ਦੇਖੋ ਕੀਰਨਾ ਨਾ ਕੀਰਨੇ ਪਾਉਂਦੇ ਲੋਕ ਇਹ ਵਰਣਾਤਮਕ ਵਰਤਾਂਤਕ ਪ੍ਰਗੀਤਕ ਜਾਂ ਨਾਟਕੀ ਕੀਰਨੇ ਆ ਨਾ ਇਹ
ਪ੍ਰਗੀਤਕ ਹੈ ਬਈ, ਹਾਏ ਹਾਏ ਓਏ ਮੈਂ ਮਰ ਗਈ ਇਹ ਵੋ ਐਵੇਂ ਕਰਕੇ ਨਾ, ਪ੍ਰਗੀਤ ਇਹਦੇ ਵਿੱਚ ਪ੍ਰਧਾਨ ਹੈ ਬਈ, ਪ੍ਰਗੀਤਕ ਹੈ। 147 ਨੰਬਰ, ਪੰਜਾਬੀ ਦੀ ਕਿਹੜੀ ਉਪਬੋਲੀ ਬਣਤਰਾਂ ਵਿਆਕਰਨ ਦੀ ਦ੍ਰਿਸ਼ਟੀ ਤੋਂ ਦੂਜੀਆਂ ਉਪਬੋਲੀ ਦੀ ਤੁਲਨਾ ਵਿੱਚ ਵੱਖਰੀਆਂ ਹਨ, ਦੂਜੇ ਤੋਂ ਵੱਖਰੀ ਹੈ ਬਈ ਇਹਨਾਂ 'ਚੋਂ? ਦੇਖੋ ਮਾਝੀ, ਦੁਆਬੀ ਅਤੇ ਮਾਲਵੀ ਤੋਂ ਜਿਹੜੀ ਪੁਆਧੀ ਹੈ ਨਾ ਉਹ ਵੱਖਰੀ ਹੈ। ਤੁਸੀਂ ਵੇਖ ਲਿਓ, ਆਪਾਂ ਸਾਰੀਆਂ ਭਾਸ਼ਾ ਉਪਭਾਸ਼ਾਵਾਂ ਕਰਾਈਆਂ, ਵਿਸਥਾਰ ਨਾਲ ਕਰਾਈਆਂ, ਇੰਨੇ ਵਿਸਥਾਰ ਨਾਲ ਆਪਣਾ ਦਾਅਵਾ ਹੈ ਕਿਸੇ ਨੇ ਨਹੀਂ ਕਰਾਈਆਂ। ਕਮ ਸੇ ਕਮ 6-7 ਕੁਸ਼ਚਨ ਪਏ ਹੈ, ਅਗਰ ਤੁਸੀਂ ਉਹਨੂੰ ਢੰਗ ਨਾਲ ਪੜ੍ਹਿਆ ਹੈ ਸਾਰੇ ਦੇ ਸਾਰੇ ਕੁਸ਼ਚਨ ਸਹੀ ਹੁੰਦੇ ਔਰ ਹੋਏ ਹੋਣਗੇ। 147 ਦਾ ਇੱਕ ਪੁਆਧੀ। 148 ਨੰਬਰ, ਲੋਕ ਕਾਵਿ ਨੂੰ ਦੁੜੰਗਾ ਕਾਵਿ, ਇਹ ਦੁੜੰਗਾ ਤੁੜੰਗਾ ਇਹਨੂੰ ਛੱਡੋ ਭਈ ਅੱਗੇ ਚੱਲੋ। 139 ਨੰਬਰ, ਅਜੀਤ ਕੌਰ ਜੀ ਤਕੀਏ ਦਾ ਪੀਰ ਹੈ ਨਾ, ਇਹ ਯਾਦਾਂ ਹੈ ਭਈ, ਯਾਦਾਂ ਤਕੀਏ ਦਾ ਪੀਰ ਯਾਦਾਂ ਹੈ, ਔਰ ਯਾਦਾਂ ਕੀ ਕਹਿੰਦੇ ਆ ਆਪਸ਼ਨ 'ਚ ਹੀ ਨਹੀਂ ਆਇਆ, ਕਰੋ ਗੱਲ। ਰੇਖਾ ਚਿੱਤਰ ਅਤੇ ਸਵੈ ਜੀਵਨੀ ਹੈ, ਰੇਖਾ ਚਿੱਤਰ ਅਤੇ ਸਵੈ ਜੀਵਨੀ ਅਤੇ ਯਾਦਾਂ ਹੈ, ਹੁਣ ਸਵੈ ਜੀਵਨੀ ਮੰਨਦਾ, ਰੇਖਾ ਚਿੱਤਰ ਮੰਨਦਾ, ਸਵੈ ਜੀਵਨੀ ਮੰਨਣੀ ਚਾਹੀਦੀ ਹੈ। ਅੱਗੇ 150 ਨੰਬਰ, ਊ ਓ ਓ ਸਵਰ ਹੈ ਪਿਛਲੇ ਭਈਆ, ਪਿਛਲੇ ਚੰਗੀ ਤਰ੍ਹਾਂ ਦੱਸਿਆ ਹੋਇਆ, ਚੰਗੀ ਤਰ੍ਹਾਂ ਕਰਵਾਇਆ ਹੋਇਆ, ਇੱਕ ਇੱਕ ਚੀਜ਼ ਸਮਝਾ ਕੇ ਕਰਵਾਈ ਹੋਈ ਹੈ। ਤੁਸੀਂ ਆ 150 ਕੁਸ਼ਚਨ ਦੇਖੋ, ਇਸ ਤਰੀਕੇ ਨਾਲ ਪੇਪਰ ਕਰੋ ਔਰ ਇਸ ਨੂੰ ਚੰਗੀ ਤਰ੍ਹਾਂ ਵੇਖੋ। ਜਿਹੜੇ ਜਵਾਕ ਮੇਰੇ ਨਾਲ ਜੁੜੇ ਹੋਏ ਹੈ ਉਹਨਾਂ ਦਾ ਵਧੀਆ ਪੇਪਰ ਹੋਇਆ ਹੋਊਗਾ, ਅਗਰ ਵਧੀਆ ਪੇਪਰ ਨਹੀਂ ਹੋਇਆ ਤਾਂ ਦੁਬਾਰਾ ਚੱਕੋ ਨੋਟਸ ਔਰ ਵੇਖੋ, ਪੇਪਰ ਹੈ ਨਾ ਜਿਹੜਾ ਉਸ 'ਚੋਂ ਹੀ ਆਇਆ ਹੈ। ਸਿਲੈਕਸ਼ਨ ਨੰਬਰ ਦੀ ਗੱਲ ਹੋਈ ਸੀ ਔਰ ਸਿਲੈਕਸ਼ਨ ਨੰਬਰ ਤੁਹਾਨੂੰ ਮਿਲਿਆ, ਔਰ ਸੀਨੀਅਰ ਟੀਚਰ ਵਿੱਚ ਵੀ ਜਿਹੜੀ ਹੈ ਇਹ ਗੱਲ, ਆਪਾਂ ਇਹ ਗੱਲ ਕਹਿੰਦੇ ਬਈ ਸਿਲੈਕਸ਼ਨ ਨੰਬਰ ਦੇਵਾਂਗੇ, ਆਪਣਾ ਬੈਸਟ ਦੇਵਾਂਗੇ ਭਾਵੇਂ ਕੁਛ ਵੀ ਹੋ ਜਾਏ, ਪਰ ਆ ਨਾ ਹੋਵੇ ਤੁਸੀਂ ਮੇਰੀ ਇਕੱਲੀ ਕਿਤਾਬ ਉੱਤੇ ਡਿਪੈਂਡ ਹੋ ਜਾਓ, ਕਹਿ ਗੁਰੂ ਜੀ ਅਸੀਂ ਤਾਂ ਤੁਹਾਡੀ ਕਿਤਾਬ ਪੜ੍ਹੀ ਸੀ ਬਸ। ਨਹੀਂ, ਉਹ ਇੱਕ ਕਿਤਾਬ 700 ਪੇਜਾਂ ਦੀ ਹੈ, ਕਾਫੀ ਹੈਗੀ ਹੈ, ਪਰੰਤੂ ਉਸ ਕਿਤਾਬ ਦੇ ਨਾਲ ਨਾਲ ਆਪਾਂ ਨੂੰ ਬਹੁਤ ਕੁਛ ਪੜ੍ਹਨਾ। 9ਵੀਂ ਤੋਂ 12ਵੀਂ ਦੀ ਬੁੱਕ ਹੈ ਜਿਹੜੀ ਚੰਗੀ ਤਰ੍ਹਾਂ, BA ਦੀ ਬੁੱਕ ਚੰਗੀ ਤਰ੍ਹਾਂ ਗੇੜਾ ਦੇ ਦਿਓ, ਘੱਟੋ ਘੱਟ ਘੱਟੋ ਘੱਟ ਇੰਨਾ ਹੋਣਾ ਚਾਹੀਦਾ ਔਰ ਇਸ 'ਚੋਂ ਗਲਤ ਨਹੀਂ ਹੋਣਾ ਚਾਹੀਦਾ। ਇਹ ਜਿਹੜੀਆਂ ਦੋ ਗੱਲਾਂ ਇਹ ਧਿਆਨ ਰੱਖਣੀ ਹੈ। ਬੁੱਕਸ ਤਾਂ ਪੜ੍ਹ ਹੀ ਰਹੇ ਹੋ, ਨਾਲ ਨੋਟਸ ਦੇ ਵਿੱਚ ਮੈਂ ਹੋਰ ਵੀ ਐਡ ਕਰੂੰਗਾ ਵੀਡੀਓ ਦੇ ਵਿੱਚ, ਹੋਰ ਵੀ ਚੀਜ਼ਾਂ, ਹੋਰ ਵੀ ਵੀਡੀਓ ਬਣਾਵਾਂਗੇ ਭਾਈ, ਤਾਂ ਕਿ ਬਿਹਤਰੀਨ ਸਫਲਤਾ ਤੁਹਾਨੂੰ ਮਿਲ ਸਕੇ। ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ, ਵਿਸ਼ਵਾਸ ਰੱਖਿਓ, ਬੈਸਟ ਕਰਾਂਗਾ ਮੈਂ, ਆਪਣਾ ਬੈਸਟ ਦੇਵਾਂਗਾ, ਤੁਸੀਂ ਆਪਣਾ ਬੈਸਟ ਦਿਓ ਭਾਈ। ਹੁਣ ਵੀ ਘੰਟੀ ਸਹੀ ਜਗ੍ਹਾ ਵਜਾ ਦਿਓ, ਘੰਟੀ ਸਹੀ ਜਗ੍ਹਾ ਵਜਾ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰੋ ਵੀਡੀਓ ਨੂੰ ਭਾਈ, ਦੱਬ ਕੇ ਸ਼ੇਅਰ ਕਰੋ।